ਮੌਸਮ ਨੇ ਆਕਾਸ਼ ਨੇ ਬੋਲਾ ਪਾਉਣੀ ਫਿਰ ਵੀ ਆਹ ਮੁੰਡਾ ਛੋਟੀ ਉਮਰ ਚ ਬੰਦਾ ਮਲ ਵਰ ਚੁੱਕਿਆ ਇਹਨੇ ਪਟੋਲੇ ਨਾਲ ਇੱਕ ਬੜੀ ਸੋਹਣੀ ਬਾਲ ਕੀਤੀ ਆ ਆਹ ਮੁੰਡੇ ਨੇ ਦਰੇਸੀ ਦੇ ਕੱਪ ਦੇ ਅੱਡੇ ਦੇ ਕੱਪ ਤੇ ਬੜੀ ਸੋਹਣੀਆਂ ਬੋਲਾਂ ਕੀਤੀਆਂ ਇਸੇ ਨਗਰ ਦਾ ਇਸੇ ਪਿੰਡ ਦਾ ਔਰ ਕਹਿੰਦੇ ਨੂਰ ਵਾਲਾ ਦੀ ਧਰਤੀ ਦਾ ਆਕਾਸ਼ ਬੋਲਾ ਪਾ ਗਿਆ ਤੇ ਵਿੱਕੀ ਨੇ ਸਾਹਮਣਾ ਕਰਨਾ ਪੈਂਦੀ ਫਿਰ ਬਾਲ ਬੱਲੇ 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 ਸੋਹਣੀ ਬਾਲ ਆ ਇੱਕ ਰਨ ਦੇ ਬਾਅਦ ਜਿਹੜੇ ਹੋਣਗੇ ਮਿੱਤਰਾਂ ਇੱਕ ਰਨ ਦੇ ਬਾਅਦ ਹੋਣਗੇ ਬੈਟਿੰਗ ਕੌਣ ਕਰ ਰਿਹਾ ਲਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਵਿੱਚ ਆਕਾਸ਼ ਦੀ ਗੱਲ ਹੋਈ ਆਕਾਸ਼ ਦੀ ਵਿਕਟ ਪ੍ਰੀਤੀ ਮੈਡਮ ਜੀ ਕਹਿੰਦੇ 100 ਰੁਪਇਆ ਦੇ ਦਾਂਗੇ ਜੇ ਆਕਾਸ਼ ਵਿਕਟ ਗੜ ਗਿਆ ਪਰ ਮੈਡਮ ਜੀ ਆਹ ਮੁੰਡਾ ਪੂਰਾ ਕਹਿੰਦੇ ਤਗੜਾ ਖਿਡਾਰੀ ਆ ਇਹ ਵੀ ਕਹਿੰਦੇ ਇੱਕ ਚਾਹਦੇ ਸਮੇਂ ਵਿੱਚ ਪੂਰੀ ਹੀ ਚੜ੍ਹਾਈ ਆਪ ਦੀ ਚੜ੍ਹਾਈ ਆ ਲਓ ਸਾਹਮਣੇ ਪਹਿਲੀ ਬੋਲ ਤੇ ਚਾਰ ਆ ਦੇਦਾਂ ਦੇ ਪੱਗਾ ਜੱਫੀਆਂ ਦੀ ਧਰਤੀ ਤੇ ਕਰ ਦਿੱਤਾ ਭਾਵੇਂ ਸਰੀਰ ਮੁੰਡੇ ਦੇ ਆਹ ਰੁਪਏ ਦੇ ਸਿਆਣੇ ਵਰਗਾ ਹੈ ਪਰ ਮੁੰਡੇ ਦੀ ਅੱਤ ਦੀ ਚੜ੍ਹਾਈ ਆ ਕਿ ਕਿੱਥੇ ਕੋਈ ਪੈਰ ਧਰਦਾ ਉੱਥੇ ਕੁੱਕ ਦਾ ਸਰੋਂ ਦਾ ਬੂਟਾ ਮੈਂ ਅੱਗ ਲਾਉਣੀ ਮਹਿਲਾ ਨੂੰ ਕਿ ਕੁੱਲੀ ਯਾਰ ਦੀ ਸੋਰਗ ਦਾ ਝੂਟਾ ਵੀ ਮੈਂ ਅੱਗ ਲਾਉਣੀ ਮਹਿਲਾ ਨੂੰ ਕਹਿੰਦੇ ਦੀਪਕ ਜੱਸੀਆਂ ਵਾਲੇ ਨਾਲ ਜਾ ਰਹੀ ਹੈ ਲਾਵੀ ਕਾਸ਼ ਫਿਕਰ ਕੱਢ ਪੱਕੇ ਦੀ ਸੋਰ ਦੀ ਪ੍ਰੀਤੀ ਮੈਡਮ ਜੀ ਨੇ ਦੇ ਦੇਣਾ ਪ੍ਰੀਤੀ ਮੈਡਮ ਜੀ ਨੇ ਸਵੇਰ ਦੇ ਬਹੁਤ ਖਿਡਾਰੀਆਂ ਦੇ ਮਾਨ ਸਨਮਾਨ ਕੀਤਾ ਇੱਕ ਛੱਕੇ ਦਾ 100 ਰੁਪਏ ਵੀ ਸਾਡਾ ਵੀਰ ਹੈ ਸੋਨੂੰ ਭਾਸ਼ੀ ਦਾ ਪਰ ਦਿੱਤੇ ਜਾਣਾ ਛੱਕੇ ਦੇ 100 ਵਿਕਟ ਦਾ 100 ਤੇ ਦੀਵਾਨ ਦੇ ਪੱਕੇ ਜੱਸੀਆਂ ਵਾਲਾ 4 ਰਨ ਦੇ ਵਾਧੇ ਕਰਦਾ ਹੋਇਆ ਆਹ ਦੇਖਾਂਗੇ 4 ਰਨ ਮੁੰਡ ਨੇ ਜੋੜ ਦਿੱਤੇ ਆ ਵੀ ਸ਼ਾਮਾ ਢਾਗ ਲੂਣੇ ਆਈਆਂ ਕਿਹਨੂੰ ਮਿਲ ਗਿਆ ਬਿਆਈਆਂ ਕਹਿਣ ਟੀਮਾਂ ਦੇ ਪਰੇ ਵੀ ਆਪਾਂ ਲਾਉਣੀ ਨੀ ਉਹ ਦੇਰ ਜਿਹੜੇ ਜਿੱਤ ਵਾਲੇ ਝੰਡੇ ਆਪਾਂ ਗੱਡ ਮਿੱਤਰੋ ਵੀ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਵੀ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਵੀ ਜਿੰਨੇ ਵੀ ਸਾਡੇ ਦੋਸਤ ਯਾਰ ਮਿੱਤਰ ਨੇੜੇ ਦੂਰੋਂ ਚੱਲ ਕੇ ਆਏ ਆ ਅਸੀਂ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਟੂਰਨਾਮੈਂਟ ਭਰ ਜੋ ਦੋਤੇ ਮੇਲਾ ਜਵਾਨੀ ਉੱਠ ਜੂ ਉੱਠ ਜੂ ਕਰਦੀ ਆ ਵਿਕਟ ਸੌ ਦੀ ਛੱਕਾ ਸੌ ਦਾ ਪੈਦੀ ਬਾਲ ਤੇ ਖੇਡ ਲੈ ਕੇ ਪੱਕਾ ਦੱਸਿਆ ਚਾਰ ਇੱਕ ਹੋਰ ਚੌਕਾ ਚੌਕੇ ਤੇ ਚੌਕਾ ਠਾ ਚੌਕਾ ਚੌਕੇ ਤੇ ਚੌਕਾ ਠਾ ਚੌਕਾ ਪੱਕਾ ਜੱਸੀਆਂ ਵਾਲਾ ਹੈ ਵੀ ਜੱਸੀਆਂ ਵਾਲਾ ਪੱਕਾ ਜੇ ਕਹਿੰਦੇ ਵਿਗੜ ਗਿਆ ਤੇ ਮੁੜ ਕੇ ਸੂਤ ਨਹੀਂ ਆਉਣਾ ਵੀ ਜੱਸੀਆਂ ਵਾਲਾ ਪੱਕਾ ਜੋ ਵਿਗੜ ਗਿਆ ਮੁੜ ਕੇ ਸੂਤ ਨਹੀਂ ਆਉਣਾ ਇਹਨੇ ਪੜਿਆ ਦੇ ਘੋਗੇ ਜੇ ਤੇ ਖਿੱਚਿਆ ਇਹਦਾ ਕਹਿੰਦੇ ਸਿੰਗਲ ਵਿਗੜ ਡਬਲ ਵਿਗੜ ਦੀ ਪੂਰੀ ਆਪਣੀ ਚੜ੍ਹਾਈ ਆ ਵੀ ਸਿੰਗਲ ਵਿਗੜ ਦੀ ਪੂਰੀ ਆਪਣੀ ਚੜ੍ਹਾਈ ਆ ਲਾਓ ਕਹਿੰਦੇ ਅਨੀਕੇਤ ਸਰ ਤੇ ਮੈਡਮ ਅਨੀ ਸਰ ਉਹਨਾਂ ਵੱਲੋਂ ਤੇ ਮੈਡਮ ਪ੍ਰੀਤੀ ਵੱਲੋਂ ਵਿਕਟ 200 ਦੀ ਆ 200 ਦੀ ਆ 200 ਦੀ ਆਕਾਸ਼ 200 ਦੀ ਵਿਕਟ ਆ 200 ਦੀ ਵਿਕਟ ਤੇ ਪਰਚੇ ਬੱਗੇ ਨੇ ਬੱਗੇ ਨੇ ਬੱਗੇ ਨੇ ਸਨਮਾਨ ਦਿੱਤਾ ਸਨਮਾਨ ਦਿੱਤਾ ਬੱਗੇ ਨੇ ਸਟਰਾਈਕ ਆਊਟ ਕੋਲ ਰੱਖਿਆ ਬੜਾ ਤਬਾਕੀ ਖਿਡਾਰੀ ਹੈ ਇਹ ਕਹਿੰਦੇ ਭੱਜ 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 ਕੇ ਰਨ ਪੂਰੇ ਕਰਦੇ ਆ ਇਹਨੇ ਵਿਕਟ ਹੁਣ ਸਟਰਾਈਕ ਆਊਟ ਕੋਲ ਰੱਖਣਾ ਬਾਈ ਦੱਸੀ ਕਿੰਨੀਆਂ ਰਹਿ ਗਈਆਂ ਕਿੰਨੀਆਂ ਰਹਿ ਗਈਆਂ ਇੱਕ ਬਾਲ ਬਾਕੀ ਹੈ ਇੱਕ ਬਾਲ ਬਾਕੀ ਆ ਲਾਓ ਸਾਹਮਣੇ ਖੇਡ ਦੇ ਮੈਦਾਨ 200 ਦੀ ਵਿਕਟ ਆ ਮਿੱਤਰ 200 ਦੀ ਆ ਵੀ ਵਿਕਟ 200 ਦੀ ਆਕਾਸ਼ ਛੱਕੇ ਤੇ 100 ਰੁਪਏ ਸੋਨੂੰ ਭਾਜੀ ਵੱਲੋਂ ਛੱਕੇ ਤੇ 100 ਰੁਪਏ ਸੋਨੂੰ ਭਾਜੀ ਵੱਲੋਂ ਪ੍ਰੀਤੀ ਮੈਡਮ ਦੇ ਅਨੀਸ਼ਰ ਉਹਨਾਂ ਦੇ ਵੱਲੋਂ 200 ਦੀ ਵਿਕਟ ਹੈ 200 ਦੀ ਵਿਕਟ 200 ਪਰ 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 ਨਹੀਂ ਨਹੀਂ ਹਾਲੇ ਨਹੀਂ ਹਾਲੇ ਨਹੀਂ ਹਾਲੇ ਨਹੀਂ ਹਾਲੇ ਹਾਲੇ ਦਿੱਲੀ ਬੜੀ ਦੂਰ ਹੈ ਬੜੀ ਦੂਰ ਹੈ ਲਾਓ ਜੀ ਓਵਰ ਦੀ ਸਮਾਪਤੀ ਬਾਈ ਜੀ ਦੱਸੀਏ ਗੱਲ ਕਿੱਥੇ ਮੁੱਕੀ ਹੈ ਸੋ 14 ਰਨ 14 14 ਰਨ ਜੀ ਦੋ ਇੱਕ ਓਵਰ ਦੀ ਸਮਾਪਤੀ ਤੇ 14 ਰਨ ਹੈ ਇੱਕ ਓਵਰ ਦੀ ਸਮਾਪਤੀ ਤੇ 14 ਵੀ ਜੱਸੀਆਂ ਵਾਲਾ ਇੱਕ ਪਾਸੇ ਪੱਕਾ ਹੈ ਦੂਜੇ ਪਾਸੇ ਜੱਸੀਆਂ ਵਾਲਾ ਪੀਪੀ ਹੈ ਆਹ ਟੱਕਰ ਦੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦਾ ਅੱਜ ਅੱਜ ਦੋਨੇ ਯਾਰ ਆ ਭਾਵੇਂ ਪਰ ਆਪਣੇ ਸਾਹਮਣੇ ਹੋ ਗਿਆ ਅੱਜ ਤੇ ਗੱਲਾਂ ਹੋ ਰਹੀਆਂ ਅੱਜ ਗੱਲਾਂ ਹੋ ਰਹੀਆਂ ਮੇਰੇ ਚਾਚੀ ਦਾਸ ਨੇ ਗੱਲਾਂ ਚ ਕੀਤੀਆਂ ਸੀ ਨਾ ਕਿ ਮਿੱਤਰਾਂ ਚ ਖੜਕ ਪਈ ਅੱਜ ਸੁਣ ਕੇ ਜਾਏ ਦਿਲਦਾਰਾ ਤੂੰ ਮਿੱਤਰਾਂ ਚ ਖੜਕ ਪਈ ਕੱਲ ਸੁਣ ਕੇ ਜਾਏ ਦਿਲਦਾਰਾ ਤੂੰ ਮਿੱਤਰਾਂ ਚ ਖੜਕ ਪਈ ਜੱਸੀਆਂ ਵਾਲਾ ਪੱਗਾ ਜੱਸੀਆਂ ਵਾਲਾ ਦੂਜੇ ਪਾਸੇ ਮੇਰੇ ਵੀਰੇ ਪੇਪਰ ਡਿਊਟੀ ਚਾਹਲ ਲਓ ਸਾਹਮਣੇ ਬੀਬੀ ਚਾਹਲ ਦਿੱਪਕ ਚਾਹਲ ਆ ਬਾਈ ਦਿੱਪਕ ਕਰੋ ਦਿੱਪਕ ਦਿੱਪਕ ਨੇ ਬਾਲ ਕਰਨੀ ਹੈ ਛੱਕੇ ਤੇ 200 ਆ ਵਿਕਟ 200 ਆ ਪਰ ਤਿੰਨ ਛੱਕੇ ਪੱਕੇ ਦੇ ਹਜ਼ਾਰ ਮੇਰੇ ਦੀਪਕ ਹਜ਼ਾਰ ਮੇਰੇ ਤਿੰਨ ਛੱਕੇ ਆ ਪਰ ਜੇ ਵਿਕਟ ਕਰ ਦੇ ਨਾ ਜੇ ਦਿੱਪਕ ਚਾਹਲ ਪੱਕੇ ਦੀ 1000 ਰੁਪਏ ਦੀ ਵਿਕਟ ਆ ਮਿੱਤਰਾ 200 200 400
ਛੱਕੇ ਤੇ 200 ਤੋਂ 400 ਮੈਚ ਤੇ 200 ਇਹ 1000 ਤੇ ਉਹਦਾ 1200 ਦਾ 1200 ਦੀ ਵਿਕਟ ਆ ਤੇ ਨਾਲ ਹੀ 1200 ਦਾ ਤਿੰਨ ਛੱਕੇ ਆ ਉੱਧਰ ਕਹਿੰਦੇ 4 ਰਨ ਦੇ ਵਾਧੇ ਬੱਗੇ ਨੇ ਕਰ ਦਿੱਤੇ ਆ ਬੱਗਾ ਵੀ ਜਾਗ ਲੱਗਦਾ ਭੇਤੀ ਆ ਬੱਗਾ ਵੀ ਜਾਗ ਲੱਗਦਾ ਭੇਤੀ ਆ ਬੱਗੇ ਨੂੰ ਪਤਾ ਹੈ ਵੀ ਵਿਪਰ ਨੇ ਕਿੱਥੇ ਕਿੱਥੇ ਤੋੜੀ ਆ ਪਰ ਵਿਪਰ ਨੂੰ ਵੀ ਇਹ ਵੀ ਜਾਗ ਲੱਗਦਾ ਪਤਾ ਵੀ ਅੱਜ ਬੱਗੇ ਨੇ ਕਿੱਥੇ ਖੇਡਣਾ ਬੱਗੇ ਨੇ ਕਿੱਥੇ ਖੇਡਣਾ ਬੱਗਾ ਕਹਿੰਦੇ ਪੂਰੇ ਹੱਥ ਵਿੱਚ ਦੋਨਾਂ ਦੀ ਔਰ ਕਹਿੰਦੇ ਭਾਵੇਂ ਯਾਰੀਆਂ ਬੂੜੀਆਂ ਪਰ ਅੱਜ ਖੇਡ ਦੇ ਮੈਦਾਨ ਵਿੱਚ ਦੋਨਾਂ ਦੀ ਟੱਕਰ ਜਿਹੜੀ ਆਪਸ ਵਿੱਚ ਹੋ ਗਈ ਆ ਵੀ ਜਿਵੇਂ ਜੱਜ ਜੀ ਬਸ ਗੱਲਾਂ ਕਰਦਾ ਵੀ ਮਿੱਤਰ ਅੱਜ ਖੜਕ ਪਈ ਅੱਜ ਸੁਣ ਕੇ ਜਾਈ ਦਰਬਾਰਾ ਵੀ ਮਿੱਤਰ ਅੱਜ ਖੜਕ ਪਈ ਲਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਜੱਸੀਆਂ ਵਾਲਾ ਦੀਪਕ ਕਹਿੰਦੇ ਤਿੰਨ ਛੱਕੇ ਹੋਣਿਆ ਮਿੱਤਰ 1000 ਦੇ ਵਿਕਟ ਤੇਰੀ 1000 ਦੀ ਹੋਣੀ ਆ ਭਰਾ ਇੱਕ ਕਹਿੰਦਾ ਸੋਨੂੰ ਬਾਈ ਕਹਿੰਦਾ 200 ਛੱਕੇ ਦਾ ਤੇਰੀ ਵਿਕਟ 200 ਦੀ 1200 ਦੀ ਗੱਲਾਂ ਹੋਣੀਆਂ ਪਰ 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 ਭੋਗੇ ਚਿੱਤ ਕਰਵਾ ਦਿੰਦੇ ਆ ਇਹਨੇ ਤੇਰੇ ਭੋਗੇ ਚਿੱਤ ਕਰਵਾ ਦਿੰਦੇ ਆ ਖੇਡ ਦੇ ਮੈਦਾਨ ਵਿੱਚ ਮੇਰੇ ਚਾਰ ਦੇ ਵਾਧੇ ਮੁੰਡੇ ਨੇ ਆਪਣੀ ਟੀਮ ਲਈ ਜੋਰ ਪਾਤਾ ਚੱਕੀਆਂ ਦੀ ਧਰਤੀ ਦਾ ਅਗਲੀ ਬਾਰ ਬੀਤੀ ਦੱਸਿਆ ਪਹਿਲੀ ਵਾਰ ਹਾਇਰ ਬਾ ਇੱਥੇ ਚਾਂਸ ਬਣਦਾ ਨਜ਼ਰ ਆਉਂਦਾ ਸੀ ਚਾਂਸ ਬਣਦਾ ਨਜ਼ਰ ਆਉਂਦਾ ਸੀ ਖੇਡ ਦੇ ਮੈਦਾਨ ਵਿੱਚ ਪਹਿਲੀ ਬਾਲ ਤੇ ਅਗਲੀ ਬਾਰ ਫੇਰ ਮੁੰਡੇ ਪੈ ਗਏ ਵਿਕਟ 500 ਦੀ ਹੈ 500 ਦੀ ਵਿਕਟਾਂ 1000 ਰੁਪਏ ਦੀ ਦੀਪਕ ਬਾਜੀ 1500 ਹੋ ਮਾਰੇ ਜੀ 1500 1500 ਦੀ ਵਿਕਟਾਂ 1500 1500 1500 200 ਦਾ ਛੱਕਾ ਭਰਾ ਕਹਿੰਦੇ ਸਾਡੇ ਵੱਲੋਂ ਦਿੱਤਾ ਜਾਊਗਾ 200 ਦਾ ਛੱਕਾ ਬੱਗਾ ਕਹਿੰਦੇ ਸੋਨੂੰ ਭਾਜੀ ਵੱਲੋਂ ਸਨਮਾਨ ਕੀਤੇ ਜਾਣਗੇ ਮੈਡਮ ਪ੍ਰੀਤੀ ਜੀ ਨੇ ਫਿਰ ਐਲਾਨ ਕਰ ਦਿੱਤਾ ਵੀ 500 ਦੀ ਵਿਕਟ ਮੈਡਮ ਜੀ ਦੀ ਆ ਤੇ 1000 ਰੁਪਏ ਦੀ ਦੀਪਕ ਭਾਈ ਸਾਡਾ ਕਾਸਕ ਕ੍ਰਿਕਟ ਪ੍ਰਮੋਟਰ ਚੱਸੀਆਂ ਵਾਲੇ 1000 ਰੁਪਈਆ ਤੇ 500 1500 ਦੀ ਵਿਕਟ ਹੈ 1500 ਦੀ ਵਿਕਟ 1500 ਦੀ ਵਿਕਟ ਹੈ ਪਰ 1500 ਦੀ ਵਿਕਟ ਕਿੱਦਾਂ ਨਿਕਲਦੀ ਇਹ ਤਾਂ ਗੱਲ ਸਮਾਂ ਦੱਸੂਗਾ ਇਹ ਤਾਂ ਗੱਲ ਸਮੇਂ ਦੇਗਾ ਇਹ ਸਾਰੀ ਗੱਲ ਸਮੇਂ ਦੇ ਖੜੀ ਆ ਉਸ ਵੇਲੇ ਪੈਣ ਦੀ ਬੋਲਾਂ ਮੁੰਡਾ ਚਿੱਪੜ ਚਾਹੇ ਮੇਰੇ ਵੀਰੋ ਪਿਆਰ ਦੱਸਿਆ ਦੁਨੀਆ ਪਿਆਰ ਦੇ ਬੀਬੀ ਕਹਿੰਦੀ ਆ ਕਿ ਜਦੋਂ ਇਹ ਛੱਕੇ ਮਾਰਦਾ ਨਾ ਦੁਨੀਆ ਦੇ ਬੀਬੀ ਵੱਧ ਜਾਂਦੇ ਆ ਇਹ ਗੱਲ ਪੱਕੀ ਹੈ ਪਰ ਅੱਜ ਬੋਲਾਂ ਪਾਉਣਗੇ ਚਿੱਪੜ ਚਾਹੇ ਪਿਆਰ ਦੱਸਿਆ ਪੰਜੀ ਬਾਲ ਦੇ ਸਾਹਮਣੇ ਬੜਾ ਪਿਆਰੀ ਪਰ ਉਸ ਵੇਲੇ ਗੱਲ ਕਿਹੜੇ ਮੈਨੂੰ ਲੱਗਦਾ ਜੀ ਲੱਗਦਾ ਜੀ ਲੱਗਦਾ ਜੀ ਚਾਰ ਜੋੜ ਕੇ ਲੱਗਦਾ ਜੀ ਚਾਰ ਦੱਸਿਓ ਜੀ ਓਵਰ ਦੀ ਸਮਾਪਤੀ ਰਨ ਕਿੰਨੇ ਭਾਜੀ ਗਰਾਊਂਡ ਖਾਲੀ ਕਰਕੇ ਗਰਾਊਂਡ ਕਲੀਅਰ ਕਰਦੇ ਭਰਾ ਬਣੇ ਪਿੱਛੋਂ ਗਰਾਊਂਡ ਕਰੇ ਕਲੀਅਰ ਕਰਦੇ ਕਲੀਅਰ ਕਰਦੇ ਕਲੀਅਰ ਜਿਹੜੇ ਵੀਰ ਬੈਠੇ ਆ ਨਾ ਪਿੱਛੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਪਿੱਛੋਂ ਕਲੀਅਰ ਕਰਦੇ ਦੱਸਿਓ ਭਾਜੀ ਕਿੰਨੇ ਰਨ ਨਹੀਂ ਮੋਬਾਈਲ ਨਹੀਂ ਹੈ ਬੱਟ ਪੈਰ ਦਾ ਸੀ ਜੀ 33 ਰਨ ਜੀ 2 ਓਵਰ 33 2 ਓਵਰ 33 ਆ ਬੱਗੇ ਮੈਂ ਜਿਹੜੀ ਉਮੀਦ ਲਾਈ ਸੀ ਉਹ ਹੋਰੀ ਹੋਈ ਮੈਂ ਸੋਚਿਆ ਸੀ 2 ਓਵਰ 40 ਪਲੱਸ ਹੋਣਗੇ ਪਰ ਗੱਲ 33 ਤੇ ਮੁੱਕੀ ਆ ਐਨ ਗੱਲ ਪਾਸ ਹੋਣ ਤੱਕ ਮੁੱਕੀ ਪਰ ਐਨ ਗੱਲਾਂ ਜਿਹੜੀ ਤੋਂ ਜਾ ਰਹੀ ਨਾ ਉਹ ਐਨ 2 ਓਵਰ ਤੋਂ 40 ਦੇ ਨੇੜੇ ਮੁੱਕਣੀ ਸੀ ਇਸ ਵੇਲੇ ਕਿਤੇ ਬੱਲਾ ਪਾਉਣ ਦੇ ਮੈਨੂੰ ਲੱਗਾ ਆਕਾਸ਼ ਹੋਰ ਆ ਗਿਆ ਉਸੇ ਪੱਧਰ ਵਾਲਾ ਉਸੇ ਤੱਤ ਵਾਲਾ ਛੋਟੀ ਉਮਰ ਦੇ ਵਿੱਚ ਮੁੰਡੇ ਇਸ ਤਰ੍ਹਾਂ ਪੂਰੀ ਚੜਾ ਲਿਆ ਤੇ ਜਦੋਂ ਨੂਰ ਵਾਲਾ ਦੀ ਟੀਮ ਖੇਡਦੀ ਹੁੰਦੀ ਹੈ ਨਾ ਆਹ ਮੁੰਡੇ ਤੋਂ ਬੋਲਾਂ ਕਰਵਾਈਆਂ ਜਾਂਦੇ ਮੁੰਡੇ ਨੇ ਪੰਡੋਰੀ ਕੀ ਧਰਤੀ ਆ ਵਧੀਆ ਬੋਲ ਕੀਤੀ ਆ ਆਹ ਮੁੰਡੇ ਨੇ ਮੇਰੇ ਵੀ ਜਦੋਂ ਰੱਸੀ ਗਰਾਊਂਡ 'ਚ ਕੰਮ ਖੇਡੇਗਾ ਨਾ ਪਿਛਲੇ ਜੀ ਬੜੀ ਸੋਹਣੀ ਬਾਲ ਕੀਤੀ ਹੈ ਜਗਪ੍ਰੀਤ ਦੇ ਨਾਲ ਵੀ ਜੋੜੀ ਬੜੀ ਮਸ਼ਹੂਰ ਹੈ ਵਿਕਟ 500 ਦੀ ਆ ਮੈਡਮ ਜੀ ਨੇ ਐਲਾਨ ਕਰ ਦਿੱਤਾ ਵੀ ਆਕਾਸ਼ ਦੀ ਵਿਕਟ 500 ਦੀ ਆ ਵੀ ਬੱਗੇ ਦੀ ਵਿਕਟ ਕਹਿੰਦੇ 500 ਰੁਪਇਆ ਵਿਕਟ 500 ਬਾਕੀ ਕਹਿੰਦੇ ਧੰਨ ਧੰਨ ਕਹਿੰਦੇ ਬੱਗਾ ਕਹਿੰਦੇ ਜੱਸੀਆਂ ਦੀ ਧਰਤੀ ਦਾ ਹੈ ਜਿਹੜਾ ਕਹਿੰਦੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਸ਼ੋਰ ਇਹਨਾਂ ਦੇ ਵਿੱਚ ਕਬੀਲ ਨਹੀਂ ਕਰਦਾ ਹੋਇਆ ਲਾਗੂ ਬੱਗਾ ਖਿੱਚ ਪਿਆਰੀ ਆਕਾਸ਼ ਤੂੰ ਵੀ ਖਿੱਚ ਪਿਆਰੀ ਵਿਕਟ 500 ਦੀ ਆ ਵਿਕਟ 500 ਦੀ ਆ ਵਿਕਟ 500 ਪੰਜ ਪੰਜ ਜਿਹੜਾ ਬੱਗੇ ਦੇ ਵਿੱਚ ਚੜ ਗਿਆ ਉਹ ਸਮਝੋ ਮਾਚਿਆ ਗਿਆ ਉਹ ਤਾਂ ਸਮਝੋ ਮਾਚਿਆ ਗਿਆ ਕਿ ਜੱਸੀਆਂ ਵਾਲਾ ਬੱਗਾ ਵੀ ਕੁੜੀਓ ਛੱਕੇ ਲਾਉਂਦਾ ਬੜੇ ਟਕਾ ਕੇ ਸਿੱਧ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਟੀ ਲਾ ਕੇ ਤੂੰ ਸਿੱਧ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਮਿੱਤਰਾ ਬਹਿ ਜਾ ਮਿੱਤਰਾ ਬਹਿ ਜਾ ਗੋਟੀ ਲਾ ਕੇ ਇੱਕ ਹੋਰ ਤੀਜਾ ਛੱਕਾ ਵਧੀਆ ਤੀਜਾ ਛੱਕਾ ਉਹ
ਲੱਗਦਾ 6 ਬਜਣਗੇ ਜੇ ਮੈਨੂੰ ਲੱਗਦਾ 6 ਬਜਣਗੇ ਅਭੀ ਮਿੱਤਰ 6 ਬਜਣਗੇ ਪਰ ਜੇ ਗੱਲਾਂ ਪੀਪੀ ਨੂੰ ਮਾਰੇ ਹੁੰਦੇ ਨਾ ਫਿਰ ਭਾਜੀ ਕਹਿੰਦੇ 1000 ਬਜਣਾ ਸੀ ਜੇ 6 ਪੀਪੀ ਨੂੰ 3 ਮਾਰੇ ਹੁੰਦੇ ਨਾ ਬੱਗਿਆ ਫਿਰ ਗੱਲ 1000 ਦੇ ਤੇਰੇ ਕੋਲ ਖੜ ਜਾਣੀ ਸੀ ਫਿਰ ਗੱਲ 1000 ਵਾਲੀ ਤੇਰੇ ਵੱਲ ਆ ਜਾਣੀ ਸੀ ਲਾਓ ਖੇਡ ਕੇ ਮਨਾ ਲਈ ਬੱਗਾ ਕਹਿੰਦੇ ਬੱਲੇ ਬੱਲੇ ਇੱਕ 100 ਰੁਪਏ ਸੋਨੂੰ ਭਾਜੀ ਵੱਲੋਂ ਹੋਣਾ ਇੱਕ 100 ਮਾਰਦੇ ਮਿੱਤਰਾ ਵੀ ਸੋਨੂੰ ਭਾਜੀ ਕਹਿੰਦੇ 100 ਰੁਪਏ ਦੇ ਦਾਂਗੇ ਮਿੱਤਰਾ 100 ਰੁਪਇਆ 100 ਰੁਪਏ ਦਾ 100 ਹੁਣ ਬੱਗਿਆ ਖੇਚ ਤਿਆਰੀ ਤਿਆਰੀ ਖੇਚੋ ਬੱਗਿਆ ਅਗਲੀ ਬਾਲ ਦੇ 100 ਰੁਪਏ ਦਾ ਪਹਿਲੀ ਬਾਲ ਤੇ ਭੱਲੇ ਭੱਲੇ ਹਾਏ ਰੱਬਾ ਹਾਏ ਬਾਹਰ ਹੋ ਗਈ ਅਗਲੀ ਮਿੱਤਰਾ ਬਾਹਰ ਹੋ ਗਈ ਹਾਲੇ 100 ਬਾਕੀ ਆ 100 ਹਾਲੇ ਬੱਜਣਾ ਹਾਲੇ 100 ਬੱਜਣਾ ਬੱਜਣਾ ਬਾਲ ਬਾਹਰ ਹੋ ਗਿਆ ਵਿਕਟ ਵਿਕਟ 500 ਦੀਆਂ 100 ਦਾ ਵਿਕਟ 500 ਦੀਆਂ ਪ੍ਰੀਤੀ ਮੈਡਮ ਜੀ ਵੱਲੋਂ 500 ਦਿੱਤੇ ਹੈਗੇ ਵਿਕਟ ਨਿਕਲ ਗਏ ਪਰ 100 ਰੁਪਏ ਸੋਨੂੰ ਭਾਜੀ ਵੱਲੋਂ 100 ਦਿੱਤੇ ਨਾ ਲਓ ਜੀ 500 ਦੀ ਵਿਕਟ 100 ਦਾ 100 500 ਦੀ ਵਿਕਟ 100 ਸੋਨੂੰ ਭਾਜੀ ਕੱਢ ਲਓ ਕੱਢ ਲਓ ਕੱਢ ਲਓ ਕੱਢ ਲਓ 100 ਰੁਪਏ ਕੱਢ ਲਓ ਬਾਈ ਜੀ 4 ਲਗਾਤਾਰ ਵੱਜ ਗਿਆ 4 ਲਗਾਤਾਰ ਵੱਜ ਗਿਆ 4 ਲਗਾਤਾਰ ਵੱਜ ਗਿਆ ਪੰਜਵਾਂ ਵੀ ਬੈਠੂ ਪੰਜਵਾਂ ਵੀ ਬੈਠੂ ਲਓ ਜੀ ਲੱਕੀ ਨੇ ਬਾਲ ਪਾਉਣੀ ਆ ਇੱਧਰ ਪ੍ਰੀਤੀ ਮੈਡਮ ਜੀ ਕਹਿੰਦੇ 200 ਰੁਪਏ ਦੀ ਵਿਕਟ ਲੱਕੀ ਤੇਰੀ ਹੋਣੀ ਆ ਵੀ ਜੇ ਲੱਕੀ ਵਿਕਟ ਕਰਦਾ ਨਾ 200 ਰੁਪਇਆ ਪ੍ਰੀਤੀ ਮੈਡਮ ਜੀ ਵੱਲੋਂ ਉੱਤੇ ਜਾਣਾ ਅੱਜ ਸਵੇਰ ਤੋਂ ਕਹਿੰਦੇ ਵੱਡੇ ਮਾਨ ਸਨਮਾਨ ਸਾਰੇ ਖਿਡਾਰੀਆਂ ਦੇ ਪ੍ਰੀਤੀ ਮੈਡਮ ਜੀ ਵੱਲੋਂ ਕੀਤੇ ਗਏ ਆ ਵੱਡਾ ਧੰਨਵਾਦ ਹੈ ਭਾਈ ਜੀ ਕੋਈ ਬਾਲ ਤੇ 200 ਹਾਏ ਰੱਬਾ ਦੇਸੀ ਇੰਡੀਆ ਬਲੈਟੀ ਕੱਪਾ ਗੱਡੀ ਆਊਟ ਲੈਣ ਤੇ ਚੜ ਗਈ ਵੀ ਗੱਡੀ ਆਊਟ ਲੈਣ ਤੇ ਚੜ ਗਈ ਗੱਡੀ ਆਊਟ ਲੈਣ ਤੇ ਚੜ ਗਈ ਵੀ ਮੈਂ ਡਰ ਗਈ ਰੱਬ ਰੱਬ ਕਰਦੀ ਲੋਕੀ ਕਹਿੰਦੇ ਸੋਈ ਬਈ ਵੀ ਲੋਕੀ ਕਹਿੰਦੇ ਸੋਈ ਬਈ ਲੋਕੀ ਕਹਿੰਦੇ ਸੋਈ ਬਈ ਲੱਕ ਗਾਣੇ ਗਿਆ ਉਸ ਵੱਲ ਲੱਕੀ ਵੀ ਬਾਹਰ ਬੱਕਿਆ 200 ਦਵਾਉਣ 200 ਬੰਦੇ ਹੀ ਨਹੀਂ ਗਏ ਉਹਨਾਂ ਕਿਵੇਂ ਦਵਾਉਣੇ ਗੱਲ ਕਿਸੇ ਗੱਲ ਕਰਕੇ 3500 ਬਾਲ ਤੇ ਕਰੋ ਦੇ ਬਾਅਦ 2 ਆ ਜੀ ਦੋ ਹੋ ਗਈ ਬੱਗੇ ਨੇ ਕਰ ਦਿੰਦੇ ਆ ਬੱਗੇ ਨੇ 6 ਜੋੜ ਦਿੰਦੇ ਆ
ਬੱਗੇ ਨੇ ਆਖਿਆ ਕਹਿ ਵੀ ਉੱਪਰ ਬਾਈ ਪੂਰੇ ਲਾ ਲਿਆ ਮੂਹਰੇ ਲਾ ਲਿਆ ਮੂਹਰੇ ਲਾ ਲਿਆ ਅਜੇ ਬੱਗੇ ਨੇ ਕੱਲੇ ਨੇ ਕੱਲੇ ਨੇ ਕੱਲੇ ਕੱਲੇ ਵਿੱਚ ਗੁਰਮਾ ਪਾ ਲੈਣਾ ਬੱਗੇ ਨੇ ਕੱਲੇ ਕੱਲੇ ਵਿੱਚ ਗੁਰਮਾ ਪਾ ਲੈਣਾ ਆਉਣ ਕਦੇ ਗੱਲਾਂ ਕਿੱਦਾਂ ਹੈਗੀਆਂ ਬੱਗੇ ਨੇ ਕੱਲੇ ਕੱਲੇ ਵਿੱਚ ਗੁਰਮਾ ਪਾ ਲੈਣਾ ਪੱਗੀਆਂ ਬੋਲਾਂ ਤੇ ਸਾਹਮਣੇ ਲੱਕੀ ਦੀ ਬਾਲ ਆਵੇਗੀ ਬੱਗੇ ਦੇ ਸਾਹਮਣਾ ਕਰਨਾ ਪੈਦੀ ਬਾਲ ਟਕਰਾਉਣੀ ਬੜੀ ਔਖੀ ਆ ਪਰ ਬੱਗੇ ਨੇ ਵੀ ਕਰਾ ਦਿੱਤੀ ਆ ਵਾਹ ਬੱਗਿਆ ਵਾਹ ਬੱਗਿਆ ਬੜੇ ਜ਼ੋਰ ਮਾ ਤੇਰਾ ਬੱਲਾ ਚੱਲਦਾ ਦੇਖਿਆ ਬੱਗਿਆ ਤੇਰਾ ਬੱਲਾ ਬੜੀ ਜ਼ੋਰ ਮਾ ਚੱਲਦਾ ਦੇਖਿਆ ਪਰ ਦਿੱਪਣ ਦੀ ਕਹਿੰਦੇ ਗੱਲ ਘੱਟਦੀ ਸੰਜੂ ਹੈ ਇਹ ਵਿਪਨ ਹੈ ਸ਼ਿਵਮ ਲੱਕੀ ਹੈਗਾ ਭਾਈ ਜੀ 88 ਰਨ ਬਣ ਗਏ ਆ ਜਿਹਦੇ ਵਿੱਚੋਂ 2 ਸਿਰਫ ਨਾਲ ਵਾਲੇ ਜਿਹੜਾ ਬਾਕੀ 86 ਬੱਗੇ ਤੇਰੇ ਆ ਬਾਕੀ 86 ਬੱਗੇ ਤੇਰੇ ਆ 14 ਰਹਿ ਗਏ ਨੇ 14 ਰਹਿ ਗਏ 14 ਰਹਿ ਗਏ ਅੱਜ ਸਦੀ ਦੇ ਛਕਾਲ ਮਾਰਿਆ 605 ਮਾਰ ਦੇਣਾ ਤੈਨੂੰ ਫੇਰ ਮੰਨੀਏ ਪ੍ਰਦੀਪਕ ਭਾਈ ਨੇ ਆਪੇ ਸਨਮਾਨ ਕਰ ਦੇਣਾ ਪ੍ਰਦੀਪਕ ਭਾਈ ਨੇ ਸਨਮਾਨ ਆਪੇ ਕਰ ਦੇਣਾ ਕਿ ਆਉਣ ਵਾਲੇ ਰੱਸੀਆਂ ਦੇ ਕੱਪ ਤੇ ਬੱਗੇ ਦਾ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਗਿਆ ਖੇਡ ਬਾਜ਼ਾਰ ਵਿੱਚ ਵੱਡਾ ਮਾਨ ਸਨਮਾਨ ਜਿਹੜਾ ਕੀਤਾ ਜਾਵੇ ਗੱਲ ਪੱਕੀ ਹੈ ਲਾਈ ਬੱਗਿਆ 14 ਰਨ ਸੈਂਚੀ ਦੇ ਦੂਰੋਂ ਬੱਤਰਾ ਕਰ ਮੂਹਰੇ ਬੱਗੇ ਨੂੰ ਪੈਦੀ ਬਾਲ ਦੇ ਉੱਤੇ ਬੱਲੇ 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 ਇਸ਼ਾਰੇ ਪੈਰਾਂ ਦੇ ਉੱਪਰ ਜ਼ਰੂਰ ਦਿਖਾਉਂਦੇ ਇਸ਼ਾਰੇ ਪੈਰਾਂ ਦੇ ਉੱਪਰ ਜ਼ਰੂਰ ਦਿਖਾਉਂਦੇ ਬਾਲ ਬੈਟ ਬਾਲ ਆ ਬੈਟ ਨਾਲ ਜੀ ਬੈਟ ਨਾਲ ਇੱਕ ਰਨ ਹੋਇਆ ਲਓ ਜੀ 5 ਗੋਲਾਂ ਜਿਹੜੀਆਂ ਹੋ ਚੁੱਕੀਆਂ ਮਿੱਤਰਾਂ 5 ਗੋਲਾਂ ਬਾਕੀ ਹੈ ਸੋਰੇ 5 ਗੋਲਾਂ ਬਾਕੀ ਹੈ ਬਣਨਾ ਦੇਖੀ ਕੀ ਆ ਲਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਬੱਲਾ ਪਾਉਣ ਦੇ ਬੜਾ ਤਿਆਰ ਬੱਤਿਆਰ ਵਿਕਟ ਦਾ ਪਤਨ ਆਈਏ ਜੀ ਬੱਲੇਬਾਜ਼ ਨੂੰ ਜਲਦੀ ਦਿਖਾਉਣ ਅਗਲਾ ਬੱਲੇਬਾਜ਼ ਨੇੜੇ ਰਹੋ ਜੀ ਨੇੜੇ ਰਹੋ ਅਗਲਾ ਬੱਲੇਬਾਜ਼ ਨੇੜੇ ਰਹੋ ਮੈਂ ਬੇਨਤੀ ਕਰਦਾ ਅਗਲੇ ਬੱਲੇਬਾਜ਼ ਨੂੰ ਨੇੜੇ ਹੋ ਜਾਵੇ ਲਓ ਸਾਹਮਣੇ ਸਰਦਾਰ ਦੀ ਬਾਲ ਤੇ ਬੱਗਾ ਜੱਸੀਆਂ ਵੱਲੋਂ ਸਾਹਮਣਾ ਕਰ ਗਿਆ ਪੈਦੀ ਬਾਲ ਤੇ ਮੁੰਡਾ ਟਰਾਈ ਕਰਦਾ ਮੇਰੇ ਵੀ ਹਾਇਰ ਬਾਲ ਉਹ ਤਾਂ ਸਿਰ ਮਾਰ ਨੂੰ ਫਿਰਦਾ ਉਹ ਤਾਂ ਮੱਥੇ ਵਿੱਚ ਮੱਥੇ ਵਿੱਚ ਦੀ ਗਲੀ ਕਦੇ ਮੈਂ ਫਿਰਦਾ ਬੱਗਾ ਮੈਂ ਤੈਨੂੰ ਦੱਸਿਆ ਬੱਗਾ 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 ਤਾਂ ਫਿਰ ਬੱਗਾ ਹੀ ਆ
ਬੰਗਾ ਫਿਰ ਬੰਗਾ ਲਾ ਜੱਫੀਆਂ ਵਾਲਾ ਬੰਗਾ ਪਤੰਦਰ ਬੜਾ ਪਤੰਦਰ ਭੋਰਾ ਨੀ ਇੱਕ ਵਾਰੀ ਜਿਹਨੇ ਪਿੱਛੇ ਪਾਰੇ ਮੁੜ ਕੇ ਫਿਰ ਛੱਡਦਾ ਖੜਾ ਨੀ ਮੁੜ ਕੇ ਫਿਰ ਛੱਡਦਾ ਖੜਾ ਨੀ ਇਹ ਕਹਿੰਦੇ ਬੜਾ ਭੋਰਾ ਇਹਨੇ ਸਿੰਗਲ ਬਿਗੜ ਦੇ ਵਿੱਚ ਕਈਆਂ ਦੇ ਘੋਗੇ ਜਿੱਤ ਗਿੱਤੇ ਆ ਸਿੰਗਲ ਬਿਗੜ ਦੇ ਵਿੱਚ ਕਿਉਂਕਿ ਪੂਰੀ ਅੱਤ ਦੀ ਚੜਾਈ ਸਿੰਗਲ ਬਿਗੜ ਦੇ ਵਿੱਚ ਅੱਜ ਕੱਲ੍ਹ ਬੱਗਾ ਦੱਸਿਆ ਵਾਲਾ ਪੂਰੀ ਅੱਤ ਦੀ ਚੜਾਈ ਆ ਪੇਡੀਆਂ ਬੋਲਾਂ ਦੇ ਸਾਹਮਣੇ ਮੈਨੂੰ ਲੱਗਦਾ ਵੀ ਇਹ ਅੱਜ ਸੌ ਵਾਲਾ ਪਹਾੜਾ ਪੜ ਕੇ ਜਾਊ ਸੌ ਵਾਲਾ ਪਹਾੜਾ ਪੜ ਕੇ ਤਿਆਰ ਕਰਦਾ ਰਹਿੰਦੀਆਂ ਬੋਲਾਂ ਦੇ ਵਿੱਚ ਚਾਰ ਦੋ ਬੋਲਾਂ ਜਿਹੜੀਆਂ ਬਾਕੀ ਰਹਿ ਗਈਆਂ ਤੇ ਫਿਰ ਬਣਾ ਕੇ ਬੱਗਾ ਸਾਹਮਣੇ ਕਰੂਗਾ ਭਾਈ ਹੋਇਆ ਨੀ ਸੌ ਦਾ ਬੱਗਿਆ ਪੱਲਾ ਖੜਾ ਕਰਦੇ ਇੱਕ ਵਾਰੀ ਮਿੱਤਰਾ ਭਾਈ ਤਾੜੀ ਮਾਰੋ ਸੌ ਕਹਿੰਦੇ ਬੱਗੇ ਮਾਰੇ ਜੀ ਲੱਭ ਇੱਕ ਛੱਕਾ ਮਿੱਤਰਾ ਜੇ ਹੁਣ ਛੱਕਾ ਮਾਰੇ ਆਣਾ ਇੱਕ ਦੋ ਹੈਗੀ ਆ ਸੋਨੂ ਬਾਈ ਕਹਿੰਦਾ 500 ਦੇਵਾਂਗੇ 500 ਮਿੱਤਰਾ ਇੱਕ ਛੱਕਾ 500 ਦਾ ਆਹ ਬੱਗਿਆ ਛੱਕਾ 500 ਦਾ ਆਹ ਛੱਕਾ 500 ਤੇਰੀ ਟੀਮ ਨੇ ਵੀ ਹੱਲਾ ਗੁੱਲਾ ਕਰਤਾ ਕਰਕੇ ਹੱਲਾ ਗੁੱਲਾ ਬੱਲੇ ਬੱਲੇ ਹੋ ਗਈ ਹੈ ਬੱਲੇ 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 ਫਿਰ ਕਿੰਨਾ ਢੋਲ ਤੋਂ ਭੰਗੜੇ ਬਣੇ ਸ਼ੁਰੂ ਹੋ ਗਿਆ ਕਿ ਜਾ ਫਿਰ ਤੇਰਾ ਲੰਗ ਬੱਜ 500 ਛੱਕਾ 500 ਬਾਹਰ ਹੋ ਗਈ ਮਿੱਟਾ ਬਾਹਰ ਹੋ ਗਈ ਜਾ ਫਿਰ ਤੇਰਾ ਲੰਗ ਬਾਚੂ ਜਾ ਫਿਰ ਪੂਰਾ ਢੋਲ ਦਾ ਪਾਟੂ ਜਾ ਫਿਰ ਪੂਰਾ ਢੋਲ ਦਾ ਪਾਟੂ ਜਾ ਫਿਰ ਤੇਰਾ ਲੰਗ ਬਾਚੂ 200 ਦੀ ਵਿਕਟ 500 ਸੋਨੂ ਬੱਲੇ ਛੱਕਾ 500 ਦਾ ਹੋਣਾ ਬੱਗਿਆ ਛੱਕਾ 500 ਪਿੱਪੜ ਚਾਹਲ ਘਰਦਿਆਂ ਦਾ ਨਾਮ ਹੈ ਪੈਂਤੀ ਬਾਲ ਤੇ ਖੇਡ ਮੈਦਾਨ ਵਿੱਚ ਨਿਕਲ ਗਈ ਇਹਦੇ ਕੋਲ ਵੀ ਦੇਖਣ ਨੂੰ ਮਿਲਦੇ ਆ ਛੱਤੇ ਪੱਗੇ ਵਾਲੇ ਕਿਹਦੇ ਕੋਲ ਵੀ ਦੇਖਣ ਨੂੰ ਮਿਲਦੇ ਆ ਇਹ ਗੱਲ ਪੱਕੀ ਆ ਇਹ ਗੱਲ ਪੱਕੇ ਨੂੰ ਵੀ ਪਤਾ ਕਿ 116 ਰਨ ਕਦੋਂ ਬਣ ਜਾਣੇ ਇਹ ਗੱਲ ਪਤਾ ਨੀ ਲੱਗਣੀ ਜੇ ਅੱਜ ਜੱਸੀਆਂ ਵਾਲਾ ਆਹ ਮੁੰਡੇ ਚੱਲ ਗਿਆ ਨਾ 116 ਰਨ ਕਿਤੋਂ ਕਦੇ ਬਣਨੀਆਂ ਉਹ ਗੱਲ ਫਿਰ ਸਮਝ ਹੋ ਜਾਣੀ ਆ ਪਰ ਗੱਲ ਸਾਰੀ ਸਮੇਂ ਦੀ ਆ ਕਿਉਂਕਿ ਸਮਾਂ ਬੜਾ ਬਲਵਾਨ ਆ ਸ਼ਾਮਾਂ ਢੰਗ ਨੂੰ ਆ ਚੁੱਕੀਆਂ ਨੇ ਕੱਲ੍ਹ ਦੇ ਦਿਨ ਆਹੀ ਸਮੇਂ ਵਿੱਚ ਪਤਾ ਲੱਗ ਜਾਣਾ ਵੀ ਕੱਪ ਕਿਹਦੇ ਘਰ ਨੂੰ ਲੱਗ ਜਾਣਾ ਵੀ ਜਿਹੜਾ ਰਾਇਲ ਇੰਸਟੀਚਿਊਟ ਕੋਚ ਕਲੱਬ ਦਾ ਕਾਪੜ ਹੈ ਇਹ ਫਿਰ ਕੱਲ੍ਹ ਨੂੰ ਆਹ ਸਮੇਂ ਪਤਾ ਲੱਗ ਜਾਣਾ ਜਿਹੜੇ ਹੋਰ ਦਾ ਲੱਗੇ ਨਾ ਅੱਜ ਦੇ ਦਿਨ ਦੇ ਵਿੱਚ ਉਹ ਸਾਹਮਣੇ ਮੈਨੂੰ ਨਜ਼ਰ ਆ ਰਹੀਆਂ ਪੈਦੀ ਬਾਲ ਦੇ ਸਾਹਮਣੇ ਪਿੱਪੜ ਦੱਸਿਆ ਸੋਨੇ ਦੀ ਮੁਰਗੀ ਆ ਜੇ ਆਹ ਮੁਰਗੀ ਛੁੱਟ ਗਈ ਨਾ ਰੱਬਾ ਇੱਕ ਦੂਜੇ ਨੂੰ ਮੂੰਹ ਝਾਕਦੇ ਮੂੰਹ ਵੱਲ ਝਾਕਦੇ ਆ ਵੀ ਸ਼ਿੰਦੋ ਵੀ ਆ ਗਈ ਮਿੰਦੋ ਵੀ ਆ ਗਈ ਆ ਗਿਆ ਟੱਬਰ ਸਾਰਾ ਵੀ ਸਾਰਾ ਟੱਬਰ ਆ ਰਿਹਾ ਸਾਰਾ ਟੱਬਰ ਪਰ ਕਿਹਾ ਕਿ ਕਿਸੇ ਨੇ ਨਹੀਂ ਕੀਤਾ ਇੱਕ ਦੂਜੇ ਨੂੰ ਮੂੰਹ ਦੇਖ ਲਿਆ ਵੀ ਤੂੰ ਕਰ ਤੂੰ ਕਰ ਤੂੰ ਕਰ ਤੂੰ ਕਰ ਪਰ ਕਰਨਾ ਕਰਨਾ ਕੀ ਰਿਹਾ ਕਰਨਾ ਖੁਦ ਆ ਕਿਉਂਕਿ ਉਹ ਕੰਮ ਕਹਿੰਦੇ ਲੈਂਟਰ ਪਾਉਣ ਲੱਗੇ ਮਿਸਤਰੀ ਕਰਦੇ ਲੇਬਰ ਨੀ ਕਰਦੇ ਵੀ ਲੈ ਤੂੰ ਫੜ ਲੈ ਤੂੰ ਫੜ ਦੂੰਗਾ ਜਾ ਵੀ ਕਿਆ ਕਢਾਈਏ ਕਰੀ ਛੱਡੇ ਆ ਹੋਵੇ 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 ਇਹਨਾਂ ਨੇ ਵੀ ਕਿਆ ਸ਼ਰਤਾਂ ਲਾਉਗੀ ਸਾਹਮਣੇ ਖੇਡ ਮੈਦਾਨ ਚ ਮੁੰਡਾ ਸਾਹਮਣੇ ਕਹਿੰਦੀ ਸਿੱਧੂ ਤਿਆਰ ਬਚਿਆ ਲਾਭੀ ਸਿੱਧੂ ਤੈਨੂੰ ਬਰਾਬਰੀ ਅੱਜ ਕਰਨੀ ਪੈਣੀ ਆ ਅੱਜ ਤੈਨੂੰ ਬਰਾਬਰੀ ਦੀ ਸਾਹਮਣੇ ਨੂੰ ਇੱਕ ਦੂਜੇ ਨੂੰ ਬਰਾਬਰ ਦੀ ਬੈਗੇ ਕਰ ਦੋ ਬਣੀ ਆ ਲਾਓ ਖੇਡ ਦੇ ਮੈਦਾਨ ਚ ਉੱਪਰ ਦੀ ਸਮਾਪਤੀ ਜੀ ਸਾਡਾ ਦੱਸੋ ਕਿੰਨੇ 10 ਰਨ ਜੀ 10 ਰਨ ਰਹਿ ਗਏ ਮਿੱਤਰ 96 ਰਨ ਦੱਸ ਹੋ ਗਿਆ ਹੈ ਇਹ ਗੱਲਾਂ ਟਿਕਾ ਰਹੇ ਹਨ 106 ਰਨ ਹੋ ਗਏ ਸਾਡਾ ਮੈਪ ਤੁਰ ਲੱਗਾ ਹੈ ਲਵੀ ਮਿੱਤਰ ਆ ਟੱਕਰ ਆ ਚੱਕਰ ਬੜਾ ਦੇਖਣ ਵਾਲਾ ਆ ਟੱਕਰ ਤੇ ਆ ਚੱਕਰ ਕਦੇ ਕਦੇ ਦੇਖਣ ਨੂੰ ਮਿਲਦੇ ਕਿਉਂਕਿ ਦੋਵੇਂ ਇਦਾਰੇ ਇੱਕੋ ਟੀਮ ਚ ਖੇਡਦੇ ਆ ਇੱਕੋ ਟੀਮ ਦੇ ਮੈਂਬਰ ਆ ਜਾਰੀ ਦੋਨਾਂ ਦੀ ਭਰਾਵਾਂ ਤੇ ਵਾਢਾ ਪਰ ਅੱਜ ਆਪਸ ਵਿੱਚ ਟੱਕਰ ਹੋ ਗਈ ਆ ਕਿ ਟੱਕਰ ਅੱਜ ਆਪਸ ਵਿੱਚ ਹੋਈ ਆ ਵੀ ਆਪਾਂ ਕਹਿ ਵੀ ਇਹਦਾ ਕਿ ਆ ਟੱਕਰ ਦੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦਾ ਆ ਟੱਕਰ ਦੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦਾ ਵੀ ਚੋਰੀਆਂ ਹੁਣ ਬੜੀਆਂ ਹੁਣ ਬੜੀਆਂ ਕਿਸਾਰ ਚੋਰੀਆਂ ਹੁਣ ਬੜੀਆਂ ਕਿਸਾਰ ਮੈਡਮ ਕਹਿੰਦੇ 3 ਛੱਕੇ 500 ਦੇ
ਇੱਧਰ ਚਾਰ ਛੱਡੇ 2000 ਰੁਪਏ ਦੇ ਸਾਡਾ ਦੀਪਕ ਰਸੀਆ ਵਾਲਾ ਤੇ ਵਿਕਟ ਹਜ਼ਾਰ ਤੋਂ ਗਿਆ ਬੱਗੇ ਵਿਕਟ ਹਜ਼ਾਰ ਰੁਪਏ ਦੀ ਚਾਰ ਛੱਡੇ 2000 ਦੇ ਤੇ ਮੈਡਮ ਜੀ ਕਹਿੰਦੇ 500 ਰੁਪਏ ਦੇ ਉਹਨੇ 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 ਮੂਹਰੇ ਲਾ ਲਿਆ ਮੂਹਰੇ ਲਾ ਲਿਆ ਤੇ ਬਾਲ ਅੰਦਰ ਨੇ ਇਸ਼ਾਰੇ ਬਾਈ ਜੀ ਯਾਰ ਬੱਡੀ ਕੀ ਕਰਨ ਲਿਆ ਦੇਖਾਂਗੇ ਬਾਈ ਜੀ ਚਾਰ ਰੰਡਾ ਚਾਰ ਰੰਡਾ ਚਾਰ ਰੰਡਾ ਲਓ ਜੀ ਹਾਲੇ ਤਾਂ ਪਹਿਲਾਂ ਆਇਆ ਪਹਿਲਾਂ ਆਇਆ ਵੀ ਜੇ ਅੱਜ ਆਹ ਚੱਸੀਆਂ ਵਾਲਾ ਵਿਗੜ ਗਿਆ ਨਾ ਇਹਨੇ ਵੀ ਕਹਿੰਦੇ ਕੋਈ ਦੇਰ ਨੀ ਲਾਉਣੀ ਇਹਨੇ ਵੀ ਕਹਿੰਦੇ ਦੇਰ ਨੀ ਲਾਉਣੀ ਇਹਨੇ ਵੀ ਛੱਪੇ ਮਾਰ ਮਾਰ ਕੇ ਕਮਾਈ ਕਰ ਦੇਣੀ ਇਹ ਗੱਲ ਪੱਕੀ ਹੈ ਔਰ ਕਹਿੰਦੇ ਇਸ ਵੇਲੇ ਪੱਗੇ ਦੀ ਬਾਹਰ ਤੇ ਸਾਹਮਣੇ ਦੀਪਕ ਚਾਹਲ ਮਿਲ ਗਈ ਜੱਸੀਆਂ ਦੀ ਧਰਤੀ ਦਾ ਮੈਡਮ ਜੀ ਕਹਿੰਦੇ ਤਿੰਨ ਛੱਡੇ 500 ਦੇ ਸਾਡਾ ਵੀਰ ਦੀਪਕ ਸ਼ਰਮਾ ਕਹਿੰਦਾ ਚਾਰ ਛੱਡੇ 2000 ਦੇ ਵਿਕਟ 1000 ਦੇ ਵੀ ਤਾਂ ਵੀਰਾਂ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਜੇ ਕੱਟੇ ਨਾ ਕਾਲਜ ਸੁਣਾ ਤੇ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਜੇ ਕੱਟੇ ਨਾ ਕਾਲਜ ਸੁਣਾ ਉਹਨੇ ਕਾਲਜ ਭੇਜਦੀ ਕਾਲਜ ਦੇ ਵਿੱਚ ਪੜ੍ਹਨ ਭੇਜਦੀ ਪੜ੍ਹਨ ਭੇਜਦੀ ਕਾਲਜ ਦੇ ਵਿੱਚ ਐਨ ਗੱਲਾਂ ਟਕਾਣੇ ਲੱਗਦੇ ਵੀਰ ਲਾ ਵੀਰੋ ਤੋਂ ਪਿੱਛੇ ਹੋ ਜਾਇਓ ਜਿੱਦਾਂ ਵੀਰ ਸਾਈਡ ਤੇ ਖੜਾ ਉਹਦੀ ਲੱਗ ਸਾਈਡ ਤੇ ਉਹ ਪਰੇ ਹੋ ਜਾਇਓ ਪਰ ਇੱਧਰ ਆ ਜਾਓ ਮੇਰੇ ਕੋਲ ਆ ਜਾਓ ਕੋਈ ਗੱਲ ਮੈਂ ਕਿੱਧਰ ਬਹੁਤ ਸੋਹਣਾ ਜਿੱਦਾਂ ਪਾਣੀ ਵਾਲਾ ਵੀਰ ਦੀ ਜਾਸੂਰੀ ਆਪਣੇ ਸਾਈਡ ਤੇ ਹੋ ਜਾਇਓ ਸਾਰ ਦੇ ਹੋਈਏ ਭਰਾ ਬੜੇ ਤੇ ਇਕੱਠ ਨਾ ਕਰੀਏ ਫਿਰ ਪ੍ਰੈਸ਼ਰ ਪੈਂਦਾ ਬੈਠ ਸਕੋ ਪਰੇ ਹੋ ਜਾਈਏ ਪਰੇ ਹੋ ਜਾਈਏ ਮੰਨ ਲਓ ਗੱਲ ਮੰਨ ਲਓ ਜੀ ਲਾਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਵਿੱਚ ਮੈਚ ਬੜਾ ਸੁਰੇ ਦਾ ਇੱਕ ਵੱਜ ਗਿਆ ਵੀ ਤਿੰਨ ਬਾਕੀ ਹੈ ਮੈਡਮ ਜੀ ਕਹਿੰਦੇ ਦੋ ਬਾਕੀ ਹੈ ਔਰ ਖੇਡ ਮੈਦਾਨ ਚ ਸਾਰੇ ਬਾਲ ਨੂੰ ਹੈ ਬਾਲ ਨੂੰ ਹੈ ਦੂਜੇ ਦੀ ਮੰਗ ਕੀਤੀ ਹੈ ਨੌਜਵਾਨ ਕਿ ਮੁੰਡੇ ਨੇ ਦੂਜੇ ਦੀ ਮੰਗ ਕੀਤੀ ਹੈ ਰੰਗ ਜਿਹੜੇ ਬਿਨਾਂ ਬਾਲ ਤੋਂ ਤਿੰਨ ਜੁੜਦੇ ਆ ਬਿਨਾਂ ਬਾਲ ਤੋਂ ਤਿੰਨ ਜੁੜਦੇ ਆ ਬਿਨਾਂ ਬਾਲ ਤੋਂ ਤਿੰਨ ਚਾਰ ਜੁੜ ਗਿਆ ਚਾਰ ਬਿਨਾਂ ਬਾਲ ਤੋਂ ਬਿਨਾਂ ਬਾਲ ਤੋਂ ਚਾਰ ਜੁੜ ਗਿਆ ਮਿੱਤਰਾ ਬਿਨਾਂ ਬਾਲ ਤੋਂ ਬਿਨਾਂ ਬਾਲ ਤੋਂ ਨੋ ਬਾਲ ਹੈ ਫਰੀ ਏਟਾ ਹੈ ਨੋ ਬਾਲ ਦਿੱਤੀ ਹੈ ਫਰੀ ਏਟਾ ਨੋ ਬਾਲ ਹੈ ਨੋ ਬਾਲ ਹੈ ਫਰੀ ਏਟਾ ਨੋ ਬਾਲ ਹੈ ਨੋ ਬਾਲ ਹੈ ਨੋ ਬਾਲ ਹੈ ਨੋ ਬਾਲ ਹੈ ਵੀ ਬਾਲ ਜਿਹੜੀ ਨੋ ਬਾਲ ਮਿੱਤਰਾ ਚੱਲਦੀ ਨਾ ਪਰ ਬੱਗਿਆ ਸਭਾ ਥੋੜਾ ਹੈ ਸਭਾ ਥੋੜਾ ਵੀ ਸਭਾ ਥੋੜਾ ਲਾਓ ਸਾਹਮਣੇ ਖੇਡ ਮੈਦਾਨ ਵਿੱਚ ਮੁੰਡਾ ਕਿਤੇ ਗੋਲਾ ਪਾਉਣ ਲੱਗਿਆ ਦੱਸਿਆ ਲੈ ਵੀ ਸ਼ੱਜੂ ਦਾ ਛੱਡਾ 500 ਦਾ ਪ੍ਰੀਤੀ ਮੈਡਮ ਜੀ ਕਹਿੰਦੇ ਵੀ ਛੱਡਾ ਜਿਹੜਾ ਸੱਜੂ ਦਾ 500 ਦਾ ਹੋਵੇਗਾ ਸੱਜੂ ਖੇਚ ਤਿਆਰੀ ਮਿੱਤਰਾ ਮੌਕਾ ਬਣੇ 500 ਦਾ 500 ਦਾ ਛੱਡਾ ਹੈ ਪ੍ਰੀਤੀ ਮੈਡਮ ਜੀ 500 500 ਪੰਜ 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 ਰੁਪਏ ਦੇਣੇ 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 ਕਿਸੇ ਗੱਲ ਕਰਦੇ ਆ ਦੇਣੇ ਕਿਸੇ ਗੱਲ ਕਰਦੇ ਆ ਮਿਹਨਤ ਦੀ ਕਮਾਈ ਆ ਪਰ ਖੇਡ ਦੇ ਮੈਦਾਨ ਵਿੱਚ ਮੇਰੇ ਵੀਰ ਤੋਂ ਟਰੱਕ ਦੇ ਵੱਧ ਹੁੰਦੇ ਹੁੰਦੇ ਨਜ਼ਰ ਆ ਰਿਹਾ ਲਾਓ ਸਾਹਮਣੇ ਇਸ ਵੇਲੇ ਵਿਪਨ ਚਾਹਲ ਤੇ ਬੱਗਾ ਜੱਸੀਆਂ ਵਾਲਾ ਦੋਨੇ ਜੱਸੀਆਂ ਵਾਲੇ ਖਿਡਾਰੀ ਆ ਜੱਸੀਆਂ ਪਿੰਡਾਂ ਪੁੰਡਿਆਂ ਦਾ ਕਹਿੰਦੇ ਜਿੱਥੋਂ ਚੱਲ ਗਿਆ ਆ ਔਰ ਕਹਿੰਦੇ ਪੱਖੋ ਵੱਖਰੇ ਟੀਮਾਂ ਚ ਖੇਡ ਰਹੇ ਆ ਔਰ ਗੱਲਾਂ ਟਿਕਾਣੇ ਆ ਉਹਨਾਂ ਦੇ ਵਿੱਚ ਟੱਕਰ ਜਿਹੜੀ ਪੂਰੀ ਸਿਰ ਦੀ ਆ ਕਿ ਟੱਕਰ ਹੋ ਗਈ ਸ਼ੇਰਾਂ ਦੀ ਕਰਕੇ ਦੇਖੂ ਕੋਲ ਜਵਾਨਾ ਕਾਪੋ ਜੀ ਕਿੰਨੇ ਗਏ ਜਿਨ੍ਹਾਂ ਦੇ ਟੋਰਿਆਂ ਗੋਟਾਂ ਦੇ ਪੱਟਾਂ ਦੇ ਵਿਚਾਨਾ ਤੇ ਜਿਨ੍ਹਾਂ ਦੇ ਟੋਰਿਆਂ ਗੋਟਾਂ ਦੇ ਪੱਟਾਂ ਦੇ ਕਿੰਨੇ ਰਹਿ ਗਏ ਬਈ ਸੋਨਾ ਹੋ ਰਹਿ ਗਏ ਤਿੰਨ ਰਹਿ ਗਏ ਤਿੰਨ ਰਹਿ ਗਏ ਤਿੰਨ 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 ਚ ਤਿੰਨ ਚ ਤਿੰਨ ਚ ਤਿੰਨ ਚ ਤਿੰਨ ਚ ਪਰ ਬਣਦਾ ਤਾਂ ਬਣਦਾ ਦੇਖੀ ਗਈ ਆ ਬਈ ਬਣਦਾ ਤਾਂ ਬਣਦਾ ਦੇਖੀ ਗਈ ਆ ਲਾਓ ਕਹਿੰਦੇ ਖੇਡ ਬਣਾ ਕੇ ਦੂਜੇ ਦੀ ਮੰਗ ਦੂਜੇ ਦੀ ਮੰਗ ਭਾਜੋ ਨੌਜਵਾਨ ਭਾਜੋ ਨੌਜਵਾਨ ਬੱਗੇ ਇੱਧਰ ਵੀ ਝਾਗ ਬੱਗੇ ਉਹਦੇ ਬਾਅਦ ਵੀ ਝਾਗ ਦੂਜਾ ਮੁੜ ਗਿਆ ਸੀ ਦੂਜਾ ਮੁੜ ਗਿਆ ਸੀ ਬੱਗੇ ਦੂਜਾ ਲੈ ਗਿਆ ਸੀ ਦੂਜਾ ਉਹਨੇ ਦੂਜੇ ਦੀ ਟਰਾਈ ਕਰਦੀ ਸੀ ਜੇ ਜਦੋਂ ਨਿਕਲ ਜਾਂਦਾ ਨਾ ਤੇ ਆਹ ਵੇ ਤੇ ਛੱਡਾ ਪੱਕਾ ਹੋਣਾ ਸੀ ਮੈਨੂੰ ਦੱਸਿਆ ਅੱਜ ਸੱਜੂ ਖੇਡਿਆ ਸਾਹਮਣੇ ਮੈਡਮ ਜੀ ਕਹਿੰਦੇ ਵੱਡੇ ਮਾਨ ਸਨਮਾਨ ਕਰ ਦਾਂਗੇ ਐਡੀ ਬਾਤ ਤੇ ਸਾਹਮਣੇ ਖੇਡ ਮੈਦਾਨ ਵਿੱਚ ਬੱਲੇ 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 ਮੁੜਦਾ ਬੜਾ ਸੱਜੂ ਮੁੜਦਾ ਬੜਾ ਤਾਂ ਆਹ ਬੱਗੇ ਬੱਗੇ ਥਾਪੀ 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 ਬੱਗੇ ਨੇ ਥਾਪੀ ਮਾਰ ਦਿੱਤੀ ਆ ਚਾਲੋ ਨੌਜਵਾਨਾਂ ਚਾਲੋ ਨਾਲ ਬੜਾ ਖੇਡ ਲਿਆ ਬੜਾ ਖੇਡ ਲਿਆ ਸਵੇਰ ਤੋਂ ਸੱਜੂ 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 ਲਾਈਆ ਸੱਜੂ 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 ਲਾਈਆ ਉਹਨੇ ਸੱਜੂ ਮੋੜਦਾ ਤਿਆਰੀ ਕਰ ਲੈਣ ਜੀ ਗੇਮਾਂ ਤਿਆਰੀ ਕਰ ਲੈਣ ਜਿਹੜੇ ਗੇਮਾਂ ਤੇ ਬਹਿ ਗਿਆ ਚਾਰ ਚਾਰ ਓਵਰਾਂ ਤੇ ਬੈਠ ਹੋਣਾ ਅਗਲੇ ਜਲਦੀ ਲਾਓ ਖੇਡ ਦੇ ਮੈਦਾਨ ਵਿੱਚ ਲਾਈ ਦੇ ਸੁਣੇ ਦੀਪਨ ਦੇ ਘੋੜੇ ਦੇ ਜਾਣ ਜੀ ਓਵਰ ਦੀ ਸਾਫ਼ ਵੀ ਦੱਸੇ ਬਾਈ ਜੀ ਵੀ ਦੋ ਓਵਰ ਕਿੰਨੇ ਹੋ ਗਏ ਦੋ ਓਵਰ 27 ਹੋ ਗਏ ਜੀ ਦੋ ਓਵਰ 27 ਹੋ ਗਏ ਪੱਕਾ ਮੁੜ ਗਿਆ ਪਰ ਦੂਜਾ ਬੋਲਰ ਆ ਗਿਆ ਇਹਨੂੰ ਮੂਹਰੇ ਲਾਉਣਾ ਬੜਾ ਲਾਉਣਾ ਤਾਂ ਪੈਣਾ ਮਿੱਤਰਾ ਵੀ ਜੇ ਮੈਚ ਵਿੱਚ ਬਣੇ ਰਹਿਣਾ ਨਾ ਫਿਰ ਲਾਉਣਾ ਬੜਾ ਮੁੜੇ ਇਹ ਗੱਲ ਪੱਕੀ ਆ ਖੇਡ ਮੈਦਾਨ ਵਿੱਚ ਅਗਲੇ ਬੋਲਾਂ ਪਾਉਣ ਵੀ ਮੇਰੇ ਮੇਰੇ ਨਵਾਂ ਬੋਲਰ ਨਾਮ ਆਪਾਂ ਜ਼ਰੂਰ ਪੁੱਛਾਂਗੇ ਕੌਣ
ਸ਼ਿਵਮ ਨੇ ਪਾਉਣੀ ਕਿਤੇ ਚੰਡੀਗੜ੍ਹ ਸ਼ਿਵਮ ਦੀ ਗੱਲਾਂ ਹੁੰਦੀਆਂ ਆ ਸ਼ਿਵਮ ਮੇਰੇ ਵੀਰੋ ਸਾਹਮਣੇ ਗੱਲਾਂ ਪਾਉਣ ਦੀ ਤਿਆਰ ਵਰ ਤਿਆਰ ਹੈ ਔਰ ਕਿਤੇ ਸ਼ਿਵਮ ਦੀ ਵਾਲ ਹੋਵੇਗੀ ਤੇ ਸਾਹਮਣੇ 53 ਜਹਾ ਲੱਗ ਰਿਹਾ ਜੱਸੀਆਂ ਵਾਲਾ ਚੈੱਕ ਕਰ ਰਹੇ ਬੋਲਰ ਸਾਊਂਡ ਵਾਲਾ ਵੀਰ ਸਾਡੀ ਆਵਾਜ਼ ਸੁਣਦਾ ਆਵੇ ਸਾਊਂਡ ਵਾਲਾ ਵੀਰ ਮੇਰੀ ਆਵਾਜ਼ ਸੁਣਦਾ 500 ਛੱਕੇ ਦਾ ਬੀਬੀ ਬਾਈ ਤੇਰੇ ਛੱਕੇ ਤੇ 500 ਰੁਪਇਆ ਮੈਡਮ ਜੀ ਕਹਿੰਦੇ ਦਿੱਤਾ ਜਾਵੇਗਾ ਮੈਡਮ ਪ੍ਰੀਤੀ ਵੀ ਕਹਿੰਦੇ 500 ਦਾ ਛੱਕਾ ਹੋਇਆ 500 ਦਾ ਲਾ ਵੀ ਨੌਜਵਾਨਾਂ ਖੇਚੋ ਤਿਆਰੀ 500 ਦਾ ਛੱਕਾ ਹੈ ਸ਼ਿਵਮ ਦੀ ਬਾਲ ਤੇ ਜੱਸੀਆਂ ਵਾਲਾ ਬੀਬੀ ਸਾਹਮਣੇ ਮੇਰੇ ਵੀਰੇ ਤਿਆਰ ਵਰ ਤਿਆਰ ਪੱਗੀ ਬਾਲ ਤੇ ਜੱਸੀਆਂ ਵਾਲਾ ਜੱਸੀਆਂ ਵਾਲਾ ਬਾਲ ਨੋ 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 ਗੁੱਟ 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 ਸ਼ੂਟ ਨਹੀਂ ਕਰ ਸਕਦੇ ਵੀਰੇ ਸ਼ੂਟ ਨਹੀਂ ਕਰ ਸਕਦੇ ਬੱਗਿਆ ਇਹਨੂੰ ਸਮਝਾ ਲੈ ਗੱਲ ਤੈਨੂੰ ਵੀ ਪਤਾ ਕਿ ਅੱਜ ਕੱਲ੍ਹ ਸਟੇਟਸ ਬੜੇ ਸੋਹਣੇ ਕਰਦੇ ਆ ਬਾਅਦ ਵਿੱਚ ਫਿਰ ਸੰਦੀਪ ਭਾਜੀ ਪੁੱਜਿਆ ਸਾਡੇ ਵੀਰ ਸੰਦੀਪ ਨੇਗੀ ਜੀ ਪਿਛਲੇ ਦਿਨੀ 5000 ਦਾ ਕੱਪ ਕਰਵਾਇਆ ਗਿਆ ਭਰਾਵਾਂ ਨੇ ਵੱਡੇ ਮਾਨ ਸਨਮਾਨ ਦਿੱਤੇ ਵੱਡਾ ਧੰਨਵਾਦ ਆ ਵੀਰੇ ਦਾ ਹਰ ਸਾਲ ਕਹਿੰਦੇ 5000 ਦਾ ਕੰਮ ਗੁਰੂ ਅਮਰਿਤ ਰਾਜਪੂਤ ਜੀ ਨਾਲ ਸਾਡੇ ਵੀਰ ਸੌਰਵ ਦੋੜਾ ਜੀ ਸੰਨੀ ਸਾਡਾ ਵੀਰ ਤੇ ਨਾਲ ਅੱਪਾ ਸੁੱਤੂਗਾ ਉਹ ਭਰਾ ਸਾਡੇ 5000 ਦਾ ਕੰਮ ਇਸ ਗਰਾਊਂਡ ਚ ਕਰਾ ਦਿੰਦਾ ਔਰ ਫਿਰ ਜਿਹੜੇ ਪ੍ਰਮਾਤੇ ਇਹ ਵੀਰ ਕਰਦੇ ਨਾ ਫਿਰ ਦੁਨੀਆਂ ਨੂੰ ਪਤਾ ਫਿਰ ਦੁਨੀਆਂ ਸਾਰੇ ਸਾਡੇ ਦੇਖਦੀ ਆ ਵੱਡਾ ਧੰਨਵਾਦ ਆ ਕਹਿੰਦੇ ਪਿਛਲੇ ਦੁਨੀਆਂ ਦਾ ਜੀ ਨਵੇਂ ਸ਼ਹਿਰ ਦੀ ਧਰਤੀ ਦੇ ਨੰਬਰ ਵੀ ਇੱਕ ਪਾਇਆ ਬਾਰ ਨੰਬਰ 6 ਦੀ ਟੀਮ ਨੇ ਜਿਹੜਾ ਨੰਬਰ ਪਾਇਆ ਨਾ ਔਰ ਕਹਿੰਦੇ ਪਿਛਲੇ ਦਿਨੀ ਉਹ ਵੀ ਕਹਿੰਦੇ ਫਿਰ ਦੁਨੀਆਂ ਨੂੰ ਪਤਾ ਲਵ ਦੇ ਖੇਡ ਦੇ ਮੈਦਾਨ ਵਿੱਚ ਬੋਲਣਾ ਪਾਉਣ ਲਈ ਨਵਾਂ ਬੋਲਰ ਆ ਜੀ ਨਾਮ ਦੱਸੀ ਕੌਣ ਆ ਵੀਰੇ ਸ਼ਾਨਵਾਲ ਇੱਕ ਸ਼ਾਨਵਾਲ ਸਵੇਰੇ ਵੀ ਆਇਆ ਸੀ ਜਿਹਨੇ 43 ਲੱਗੇ ਸੀ ਇੱਕ ਸ਼ਾਨਵਾਲ ਸਵੇਰੇ ਵੀ ਆਇਆ ਸੀ ਜਿਹਨੂੰ ਨੋਟ ਵਾਲਾ ਸ਼ਾਦੀ ਨੇ 43 ਮਾਰੇ ਸੀ ਨਾ ਕੋਚ ਯਾਨੀ ਗੱਲਾਂ ਉੱਥੇ ਲਾਉਣੀਆਂ ਬੜੀਆਂ ਮਿੱਤਰਾ ਗੱਲਾਂ ਉੱਥੇ ਲਾਉਣੀਆਂ ਬੜੀਆਂ ਲਾਉ ਸਾਹਮਣੇ ਸ਼ਾਨਵਾਲ ਦੀ ਬਾਤ ਤੇ ਜੱਸੀਆਂ ਵਾਲਾ ਬੀਬੀ ਸਾਹਮਣਾ ਕਰ ਗਿਆ ਮੇਰੇ ਵੀਰੋ ਤੁਹਾਡੀ ਹੋਈ ਬਾਤ ਤੇ ਸਾਹਮਣੇ ਜੱਸੀਆਂ ਵਾਲਾ ਬੀਬੀ ਬਾਲ ਫੇਰ ਨੂੰ ਹੋਇਆ ਬਾਲ ਫੇਰ ਨੂੰ ਹੋਇਆ ਬਾਲ ਫੇਰ ਨੂੰ ਹੋਇਆ ਸ਼ਕਤੀਮਾਨ ਵਾਲੇ ਇਸ਼ਾਰੇ ਕਰਦਾ ਪਰ ਮੈਂ ਸ਼ਕਤੀਮਾਨ ਵਾਲੇ ਮੁੰਡੇ ਉੱਪਰ ਨੂੰ ਖੜੇ ਕਰਕੇ ਨਾ ਜਿਵੇਂ ਸ਼ਕਤੀਮਾਨ ਘੁਮਾਉਂਦਾ ਹੁੰਦਾ ਨਾ ਮੁੰਡੇ ਉੱਪਰ ਨੂੰ ਆਏ ਕਹਿੰਦਾ ਆਏ ਕਹਿੰਦਾ ਆਏ ਇਸ਼ਾਰਾ ਦਿੱਤਾ ਕਿ ਨੌ ਵਾਲਾ ਫਰੀਦ ਦੇ ਦੇ ਮਿੱਤਰਾਂ ਦੇ ਤੇ ਜੋ ਮਰਜ਼ੀ ਕਰ ਲਓ ਤੈਨੂੰ ਆਉਣ ਨਹੀਂ ਦਿੰਦਾ ਮੈਂ ਤੂੰ ਜੋ ਮਰਜ਼ੀ ਕਰ ਲਓ ਤੈਨੂੰ ਆਉਣ ਨਹੀਂ ਦਿੰਦਾ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਜੱਸੀਆਂ ਵਾਲਾ ਬਿੱਤਾ ਹੈ ਜੱਸੀਆਂ ਵਾਲਾ ਬਿੱਤਾ ਹੈ ਇਸ਼ੇਰ ਆਪੇ ਵਾਧੇ ਮੁੰਡੇ ਨੇ ਆਪਣੀ ਟੀਮ ਲਈ ਜੋਰ ਦਿੱਤੇ ਹੈ ਤਕੜਾ ਸ਼ੋਟ ਖੇਡੇ ਮੁੰਡੇ ਨੇ ਇਸ਼ੇਰ ਆਪੇ ਟੀਮ ਲਈ ਜੋਰ ਦਿੱਤੇ ਹੈ ਪੱਲੇ ਪੱਲੇ ਧੰਨ ਧੰਨ ਕਰਵਾ ਦਿੱਤੀ ਹੈ ਆਹ ਮੁੰਡਾ ਵੀ ਕਹਿੰਦੇ ਕਿਸੇ ਤੋਂ ਘੱਟ ਨਹੀਂ ਕਿ ਆਹ ਮੁੰਡਾ ਖੇਡ ਕਰ ਰਿਹਾ ਹੈ ਇਹਨੇ ਵੀ ਕੱਲੇ ਕੱਲੇ ਝੱਗੇ ਨੇ ਆਪੇ ਲੜਿਆ ਮੈਂ ਤੁਹਾਨੂੰ ਦੱਸਿਆ ਪੱਕੇ ਨੂੰ ਇਸ ਗੱਲ ਦਾ ਖੂਬ ਪਤਾ ਵਾ ਇਸ ਗੱਲ ਦਾ ਪੱਕੇ ਨੂੰ ਖੂਬ ਪਤਾ ਵੀ ਜੇ ਅੱਜ ਪਿੱਪਲ ਜਾਏਗਾ ਸ਼ੱਕਾ ਮੇਰੇ ਤੋਂ ਵੀ ਜ਼ੋਰ ਮਾਰਦਾ ਇੱਕ ਛੱਕਾ ਪੱਕੇ ਨੇ ਕੰਧ ਟਪਾਉਣ ਦੀ ਹਿੰਮਤ ਰੱਖਦਾ ਇਹ ਗੱਲ ਪੱਕੀ ਹੈ 500 ਛੱਕਾ ਮੈਡਮ ਪ੍ਰੀਤੀ ਜੀ ਵੱਲੋਂ ਹੋਵੇਗਾ ਮੈਡਮ ਪ੍ਰੀਤੀ ਜੀ ਕਹਿੰਦੇ ਆ ਪੱਕਿਆ ਪਿੱਪਲ ਦਾ ਛੱਕਾ ਜਿਹੜਾ 500 ਦਾ ਹੋਵੇਗਾ ਪਿੱਪਲ ਦਾ ਛੱਕਾ 500 ਦਾ ਛੱਕਾ 500 ਛੱਕਾ 500 ਪਰ ਚਾਰ 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 ਮੇਰੇ ਕੋਲ ਬਣਾ ਚਾਰ ਰਨਾਂ ਦੇ ਰੁਕਣ ਦੇਖ ਕੇ ਵੀ ਨਹੀਂ ਪਿੱਛੇ ਲਾਓ ਖੇਡ ਦੇ ਮੈਦਾਨ ਵਿੱਚ ਪਿੱਪਲ ਖੇਡਣਾ ਤਿਆਰੀ ਮੁੰਡਾ ਹੁਣ ਹੱਥ ਖੋਲਣ ਦਾ ਮੌਕਾ ਬੜੀ ਦੇਰ ਹੋ ਗਈ ਆ ਅੱਧਾ ਮੈਚ ਨਿਕਲ ਗਿਆ ਅੱਧਾ ਮੈਚ ਬਾਕੀ ਹੈ ਤੂੰ ਮਾਰ ਸਕਦਾ ਤੂੰ ਮਾਰ ਸਕਦਾ ਤੂੰ ਮਾਰ ਸਕਦਾ ਤੂੰ ਮਾਰ ਸਕਦਾ ਮੈਂ ਤੈਨੂੰ ਦੇਖਿਆ ਤੂੰ ਮਾਰ ਸਕਦਾ ਲਾਓ ਜੀ ਖੇਡ ਦੇ ਮੈਦਾਨ ਵਿੱਚ ਕਹਿੰਦੇ ਪਿੱਪਲ ਚਾਹਲ ਸਾਹਮਣਾ ਕਰੇਗਾ ਪਿੱਪਲ ਦੀ ਹੋਈ ਬਾਲ ਸ਼ਕਤੀਮਨ ਬਣਾ ਦੇਣਾ ਸ਼ਕਤੀਮਨ ਸ਼ਕਤੀਮਨ ਬਣਾ ਦੇਣਾ ਫ੍ਰੀ ਇੱਟਾਂ ਦੀ ਫ੍ਰੀ ਇੱਟਾਂ ਫ੍ਰੀ ਇੱਟਾਂ ਤਾਂ ਬਚ ਗਿਆ ਪੱਗੇ ਨੇ ਥਾਪੀ ਇਹੋ ਜਿਹੀ ਮਾਰਨੀ ਸੀ ਨਾ ਕਿ ਜਿਹੜੀ ਪੱਟ ਤੇ ਮੋੜ ਨੀ ਬਣੀ ਹੈ ਨਾ ਉਹ ਸੱਜੇ ਤੋਂ ਅੱਡ ਕੇ ਖੱਬੇ ਪੈ ਗਿਆ ਸੀ ਪੱਕੀ ਹੈ ਤੇਰੇ ਕੋਲ ਪੱਕੀ ਹੈ ਬੱਗਾ 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 ਹੈ ਪੱਗੇ ਦੇ ਕਹਿੰਦੇ ਜਦੋਂ ਪੈਰ ਧਰਤੀ ਤੇ ਪੈਂਦੇ ਆ ਨਾ ਉੱਥੇ ਜਿੱਥੇ ਬਾਹੀਆਂ ਪੈਰ ਧਰਦਾ
ਐਨਕਾਂ ਦੇ ਬੰਦਾ ਤਾਂ ਬੜਾ ਸਾਡੇ ਨਾਲ ਵੇਖਦਾ ਸੀ ਵਧੀਆ ਸਾਊਂਡ ਆ ਵਧੀਆ ਗਰਾਊਂਡ ਆ ਵਧੀਆ ਪ੍ਰਬੰਧ ਆ ਵਧੀਆ ਟੀਮਾਂ ਉੱਥੇ ਵਧੀਆ ਪ੍ਰਬੰਧਕ ਕਮੇਟੀ ਤੇ ਨਾਲ ਹੀ ਇੱਧਰ ਨੀਤ ਮਲਿਕ ਜੀ ਦੀ ਯਾਦ ਨੂੰ ਸਮਰਪਿਤ ਚੌਥਾ ਕਰਨਾ ਜਿਹੜਾ ਖੇਡੇ ਜਾ ਰਹੇ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਪੱਕਿਆ ਆਹ ਬੱਗਾ ਆਹ ਪੱਗਾ ਕਹਿੰਦੇ ਇਹਨੂੰ ਹੱਥ ਟੋਕਰਿਆ ਜੇ ਕਿਸੇ ਤੋਂ ਹੱਥ ਦੇ ਟੋਕਰਿਆ ਜੇ ਕਿਸੇ ਦਾ ਮਾੜੀ ਪਿਆਜ ਆਉਂਦਾ ਨਾ ਅਗਲੇ ਬੀਤ ਬੜੇ ਨੇ ਕਸਣਾ ਕਰ ਲੈਂਦਾ ਕਈ ਵਾਰੀ ਕਸਣਾ ਕਰ ਲੈਂਦਾ ਇਹ ਜੱਸੀ ਵਾਲੇ ਬੀਤਕ ਨੂੰ ਵੀ ਪਤਾ ਵੀ ਇਹ ਕਸਣਾ ਬੁੱਝ ਲੈਂਦਾ ਕਸਣਾ ਬੁੱਝ ਲੈਂਦਾ ਦੋ ਬੱਲਾਂ ਕੱਠੀਆਂ ਗਿਆ ਜਿਹਨੂੰ ਪੱਗਾ ਦੋ ਫੜਨ ਦੀ ਸਮਰੱਥਾ ਰੱਖਦਾ ਇਹ ਕਹਿੰਦੇ ਅੱਜ ਮੇਰੇ ਵੀਰੋ ਖੇਡ ਦੇ ਮੈਦਾਨ ਚ ਵੱਡੀ ਵਿਕਟ ਪੱਟਣ ਤੇ ਉਹ ਮੁੰਡੇ ਸ਼ੇਰੋਂ ਤੇ ਵਾਧੇ ਕਰ ਦਿੰਦੇ ਆ ਰਹਿੰਦੀਆਂ ਬੱਲਾਂ ਚ ਛੇ ਜੋੜ ਦਿੱਤੇ ਆ ਔਰ ਸ਼ੇਰੋਂ ਤੇ ਵਾਧੇ ਕਰ ਦਿੰਦਾ ਸੀ ਵੀ ਕਿੰਨੀਆਂ ਬੱਲਾਂ ਬਾਕੀ ਰਹਿ ਗਈ ਮਿੱਤਰਾ ਇੱਕ ਰਹਿ ਗਈ ਬਾਲ ਤੇ ਇੱਕ ਬਾਲ ਡਿਗਦੀ ਆ ਉਹਦੇ ਵਿੱਚ ਇੱਕ ਰਨ ਤੇ ਜੁੜਦਾ ਅਗਲਾ ਬਾਲਰ ਜਲਦੀ ਨਾ ਆਵੇ ਨੇੜੇ ਜੀ ਅਗਲਾ ਬਾਲਰ ਬੱਗੇ ਲਵਾਰੀ ਜਲਦੀ ਨਾ ਕਿਹੜੇ ਬਾਲਰ ਨੇ ਬਾਲ ਪਾਉਣੀ ਆ ਬਾਕੀ ਫੇਲ ਉੱਥੇ ਲੱਗੇ ਰਹਿੰਦੇ ਫਿਰ ਜਲਦੀ ਨਾ ਆਵੇ ਜੀ ਅਗਲੇ ਟੀਮਾਂ ਦੀ ਤਿਆਰੀ ਖੇਤਰ ਜਲਦੀ ਨਾ ਨੇੜੇ ਹੋ ਜਾਣ ਅਠਵੰਜਾ ਰਨ ਜੀ ਅਠਵੰਜਾ ਰਨ ਵੀ ਰਨ ਜਿਹੜੇ ਘੱਟੂਗਾ ਵਧੀਆ ਸੱਠ ਬਾਹਠ ਰਨ ਚਾਹੀਦਾ ਇੱਕ ਓਵਰ ਦੇ ਵਿੱਚ ਖੜ ਕੇ ਕਰਾ ਦੇ ਭਰਾ ਬੜਾ ਨੇੜੇ ਹੋ ਕਰਾ ਦੇ ਜਲਦੀ ਨਾ ਕਰਾ ਦੇ ਵੀਰ ਬਣਿਆ ਜਲਦੀ ਨਾ ਕਰਵਾ ਦੇ ਲਓ ਜੀ ਬੇਨਤੀ ਕਰਦੇ ਮੇਰੇ ਟੀਮਾਂ ਨੇੜੇ ਹੁਨਰ ਅਗਲੇ ਟੀਮ ਦੇ ਨਾਲ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਬੜੀ ਸ਼ੁਦਾ ਤੇ ਮੁੰਡੇ ਦੇ ਸ਼ੇਰ ਆਪਣੇ ਟੀਮ ਦੀ ਜੋੜ ਦਿੱਤੀ ਪਹਿਲੀ ਤੋਂ ਛੱਕਾ ਵੱਜ ਗਿਆ ਪਹਿਲੀ ਤੋਂ ਹੁਣ ਰੈਡੀਆਂ ਬਾਲਾਂ ਵੀ ਮਾਰ ਕੇ ਰੈਡੀਆਂ ਵੀ ਬਾਲਾਂ ਮਾਰਦੀਆਂ ਵੀ ਲੱਗਦਾ ਹਾਥੀ ਲੱਗ ਜਾਵੇ ਹਾਥੀ ਦੀ ਪੂਛ ਲੰਘਣ ਨਾ ਦਈਏ ਅਸੀਂ ਟੁੱਕੀ ਪਿੱਟੀ ਨੂੰ ਮੂਹਰੇ ਛੱਡਣ ਨਾ ਦਈਏ ਵੀ ਜਿਹੜਾ ਤਿੰਨ ਪੰਜ ਕਰਦਾ ਫੜ ਕੇ ਗੋਡੇ ਥੱਲੇ ਧਰੀਏ ਅਸੀਂ ਯਾਰ ਪੰਜਾਬੀ ਸਾਨ ਛੋੜਿਆ ਨਹੀਂ ਕਿਸੇ ਤੋਂ ਕਰੀਏ ਅਸੀਂ ਪੁੱਤ ਪੰਜਾਬੀ ਸਾਨ ਨਹੀਂ ਕਿਸੇ ਤੋਂ ਕਰੀਏ ਉਹਨੇ ਰੇਤੀਆਂ ਬੋਲਾਂ ਨੂੰ ਮਾਰਦੀਆਂ ਰੇਤੀਆਂ ਬੋਲਾਂ ਦੇ ਕਿਹੜੇ ਟਕਾਉਣੇ ਸ਼ੁਰੂ ਕਰਦੀਆਂ ਮਿੱਤਰਾ ਜੀ ਇਹ ਕੰਮ ਪਹਿਲਾਂ ਕੀਤਾ ਹੁੰਦਾ ਨਾ ਹੁਣ ਤੋਂ ਰਨ ਜਿਹੜੇ ਫੜਦੇ ਨੇ ਜੀ ਹੁਣ ਤੋਂ ਰਨ ਬਣਦੇ ਤੀਜਾ ਵੱਜੇ ਆ ਹੁਣ ਭਾਵੇਂ 6-6 ਮਾਰਨਾ ਜਿੱਤਦਾ ਫੇਰ ਜੀ ਜਿੱਤਦਾ ਫੇਰ ਵੀ ਨਹੀਂ 6-6 ਵੀ ਮਾਰਦਾ ਨਾ ਜਿੱਤਦਾ ਤਾਂ ਵੀ ਨਹੀਂ ਕਿਉਂਕਿ 10 ਛੱਕੇ ਰਹੇ ਦਾ ਛੱਕੇ 10 ਲਾਉਣੇ ਬਣੇ ਆ ਛੱਕੇ 10 ਲਾਉਣੇ ਬਣੇ ਮਿੱਤਰਾ ਔਰ ਸਾਹਮਣੇ ਕਿਤੇ ਬਾਲ ਵੱਜਦਾ ਹੈ ਨਾ ਵੀ ਰਹਿੰਦੀ ਆ ਬੋਲਾਂ ਦੀ ਮੁੰਡਾ ਸਾਹਮਣੇ ਪ੍ਰੈਸ਼ਰ ਲਾਓ ਸਾਹਮਣੇ ਮੇਰੇ ਵੀਰੇ ਸੋਹਣੀ ਬਾਲ ਮੁੰਡੇ ਨੇ ਪਾ ਦਿੱਤੇ ਰਹਿੰਦੀਆਂ ਬੋਲਾਂ ਉਹਨੇ ਹੁਣੇ ਹੁਣੇ ਆਦੀ ਦਬਾ ਦਿੱਤੀ ਉਹ ਕਹਿੰਦਾ ਹਾਰੀਏ ਭਾਵੇਂ ਜਿੱਤੀਏ ਤੇ ਬੋਲਾਂ ਬਹੁਤ ਜ਼ਰੂਰ ਗਵਾਉਣੀਆਂ ਮੇਰੀਆਂ ਬੋਲਾਂ ਜ਼ਰੂਰ ਗਵਾਉਣੀਆਂ ਉਹ ਗੱਲ ਕਰਦੀ ਜਿਹੜਾ ਬੀਟ ਬਜੀਤ ਕੀਤੇ ਕਰਦਾ ਜਾਂ ਤਾਂ ਤੇਰਾ ਢੋਲ ਦਾ ਪੂਰਾ ਪਾਟੂ ਜਾਂ ਤਾਂ ਕਹਿੰਦਾ ਤੇਰਾ ਲੌਂਗ ਗਵਾਚੂ ਜਾਂ ਫਿਰ ਪੂਰਾ ਢੋਲ ਦਾ ਪਾਟੂ ਜਿਹੜਾ ਬੀਟ ਬਜੀਤ ਵਾਲੇ ਗੋਲ ਵਾਲਾ ਆਈਏ ਤਾਂ ਜੀ ਰਾਜ ਭਾਜੀ ਆਪਾਂ ਕਰਵਾਈਏ ਮੈਚ ਅਗਲੇ ਸੋਚੀ ਦਾ ਅਗਲਾ ਮੈਚ ਚੱਲਦੀਆਂ ਕਰਵਾਈਏ ਜਿੱਤੀ ਤਾਂ ਮੈਂ ਕਹਿੰਦਾ ਉਹਨਾਂ ਨੂੰ ਬੱਗੇ ਬਾਈ ਫਿਰ ਸਮਾਂ ਖਰਾਬ ਆ ਵੀਰੇ ਤੇ ਦੋਨੇ ਟੀਮਾਂ ਦੀ ਸਹਿਮਤੀ ਆ ਵਿਪਣ ਬਾਈ ਤੇ ਦੋਨਾਂ ਟੀਮਾਂ ਦੀ ਸਹਿਮਤੀ ਹੋਵੇ ਤਾਂ ਜਲਦੀ ਦੇ ਨਾਲ ਆਪਾਂ ਮੈਚ ਦੂਜੀ ਟੀਮ ਦਾ ਕਰਵਾ ਦਈਏ ਸਮਾਂ ਥੋੜਾ ਬਚਾ ਜਿੱਤ ਗਈ ਟੀਮ ਜੀ ਬੱਗੇ ਬਾਈ ਨੇ ਜਿੱਤ ਗਈ ਵੱਡੀ ਮੁਬਾਰਕਬਾਦ ਹੈ ਜੀ ਵੱਡੀ ਮੁਬਾਰਕਬਾਦ ਖਾਲੀ ਵੀ ਗਈ ਟੀਮਾਂ ਜਲਦੀ ਦੇ ਨਾਲ ਜਿਵੇਂ ਟੀਮਾਂ ਦੇ ਖਾਤੇ ਆ ਇਹ ਟੀਮਾਂ ਹੋਰ ਗਈਆਂ ਜਲਦੀ ਨਾਲ ਪਹਿਲੀ ਜਿਹੜੀ ਟੀਮਾਂ ਦਾ ਬਾਅਦ ਆ ਉਹ ਟੀਮਾਂ ਗਰਾਊਂਡ ਚੋਂ ਬਾਕੀ ਗਰਾਊਂਡ ਖਾਲੀ ਕਰਦੀ ਬਾਕੀ ਗਰਾਊਂਡ ਖਾਲੀ ਕਰਦੀ ਬਹੁਤ ਵਧੀਆ ਬੈਟਿੰਗ ਭਾਜੀ